ਸਾਨੂੰ ਸਭ ਨੂੰ ਪਤਾ ਹੈ ਭਾਈ ਜੇ ਸਭ ਤੋਂ ਜ਼ਿਆਦਾ ਜਿਹੜੇ ਪੰਜਾਬੀ ਆਓ ਕੈਨੇਡਾ ਆ ਜਾਂਦੇ ਨੇ ਹੁਣ ਕ੍ਰਾਈਮ ਰੇਟ ਦੀ ਅਸੀਂ ਗੱਲ ਕਰ ਰਹੇ ਸੀ ਕੈਨੇਡਾ ਦੇ ਵਿੱਚ ਕ੍ਰਾਈਮ ਰੇਟ ਕੀ ਹੈ ਤੁਸੀਂ ਹੈਰਾਨ ਹੋਵੋਗੇ ਕੈਨੇਡਾ ਦਾ ਇੱਕ ਬਹੁਤ ਵੱਡਾ ਸ਼ਹਿਰ ਹੈ ਟੋਰਾਂਟੋ ਜਿਵੇਂ ਆਪਾਂ ਅਸੀਂ ਦਿੱਲੀ ਕਹਿ ਲਈਏ ਉੱਥੇ ਆ ਨਵੇਂ ਸਾਲ ਜਿਹੜਾ ਸ਼ੁਰੂ ਹੋਇਆ ਨਾ ਜੀ 2023 ਉਹਦੇ ਪਹਿਲੇ 7 ਦਿਨਾਂ ਵਿੱਚ 26 ਘਾਹਾਂ ਚੋਰੀ ਹੋ ਜਾਂਦੀ ਹੈ ਭਾਵੇਂ ਕੋਈ ਸ਼ਹਿਰ ਵਿੱਚੋਂ ਹੁਣ ਇੱਕ ਇੱਕੇ ਪਤਾ ਹੀ ਲੱਗਾ ਕਿ ਕਿਹ ਹੈ ਜਾਂਦਾ ਕਿ ਜਦੋਂ ਰਾਤ ਨੂੰ ਤੁਸੀਂ ਕਾਰ پارک ਕਰਕੇ ਸੌਂਦੇ ਹੋ ਤਾਂ ਤੁਹਾਨੂੰ ਸਵੇਰੇ ਨਹੀਂ پتہ ਲੱਗਦਾ ਕਿ ਕਾਰ ਖੜੀ ਹੋਊਗੀ ਜਾਂ ਕੋਈ ਲੈ ਗਿਆ ਹੋਊਗਾ। ਤਫ਼ੀ ਤੇ ਕਾਲਾਪਾ ਕੋਈ ਵਾਲਾ ਜਿਹੜਾ ਜੋ ਜੋ ਹੋਇਆ ਉਸ ਵਾਕਤ ਪੂਰਾ ਨਿਖੋੜ ਕਿਹਸਾ ਤਨਸ ਕੱਟ ਕੇ ਦੇਖਿਆ। ਹੁਣ ਦੀ ਜੇਕਰ ਗੱਲ ਕਰਨੀ ਤੇ ਉਸ ਨੂੰ ਲੈ ਕੇ ਹੁਣ ਕੋਈ ਤਾਜ਼ਾ ਅਪਡੇਟ ਕੀ ਸਾਹਮਣੇ ਆਈ ਹੈ ਤੇ ਇਹ ਗੱਲ ਕੀਤੀ ਜਾਵੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਸਪੈਂਡ ਕਰ ਦਿੱਤਾ ਗਿਆ ਹੈ ਉੱਥੇ ਦਾ ਵੱਡਾ ਪੁਲਿਸ ਅਧਿਕਾਰੀ ਕਿ ਕੁਝ ਕਾਰਵਾਈ ਕੀਤੀ। ਜਿਹੜੇ ਉੱਥੋਂ ਦੇ ਸੁਪਰਡੈਂਟ ਜੇਰ ਸੇ ਜਿਸ ਨੇ ਘਟਨਾ ਵਾਪਰੀ ਆ ਉਸਨੂੰ ਛੁੱਟੀ ਤੇ ਸਗੇ ਪਰ ਸਾਡੇ ਸੂਤਰੇ ਕਹਿੰਦੇ ਆ ਕਿ ਉਸ ਦਿਨ ਸੁਪਰਡੈਂਟ ਜਿਹੜੇ ਆ ਉਹ ਘਟਨਾ ਵਾਪਰਨ ਵੇਲੇ ਬੁਲਾ ਲੈ ਗਏ ਸੇ ਤੇ ਸਾਨੂੰ ਜਾਣਕਾਰੀ ਇਹ ਵੀ ਮਿਲੀ ਆ ਕਿ ਉਹ ਵੀ ਜਿਹੜੇ ਆ ਦੋਸਟ ਐਜੂਕੇਸ਼ਨ ਦੇ ਘੇਰੇ ਵਿਚ ਆ ਰਹੇ ਆ ਇੱਕ ਤੁਹਾਨੂੰ ਹੋਰ ਗੱਲ ਦੱਸਦਾ ਤੁਸੀਂ ਹੈਰਾਨ ਹੋਮਗੇ ਕਿ ਸਰਕਾਰ ਕੰਮ ਵਿੱਚ ਕਾਬੂ ਪਾ ਲਿਆ ਕੱਲ ਕੁਝ ਜੇਲ੍ਹਾਂ ਦੀ ਅਚਨਚੇਤ ਅਚਨਚੇਤ ਚੈਕ ਹੋਈ ਹੈ ਅਚਨਚੇਤ ਚੈਕਿੰਗ ਦਾ ਆ ਤੁਸੀਂ ਹੈਰਾਨ ਹੋਵੋਗੇ ਕਿ ਕਪੂਰਥਲਾ ਜੇਲ੍ਹ ਵਿੱਚੋਂ ਜੀ ਇੱਕ ਕਿਸੇ ਕੈਦੀ ਕੋਲੋਂ ਜਿਹੜਾ ਉਹ ਨਾ ਮਾਲੀਆਂ ਵਾਲਾ ਖੁਰਪਾ ਲੋਹੇ ਦਾ ਉਹ ਮਿਲਿਆ ਤੇ ਕਈ ਕੈਦੀਆਂ ਕੋਲੇ ਹੋਰ ਤੇਜ਼ ਤਰ੍ਹਾਂ ਹਥਿਆਰ ਸੀ ਜੀ 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 ਬੇਹਦ ਹੈਰਾਨੀ ਵਾਲੀ ਗੱਲ ਆ ਜੀ ਉਸ ਤੋਂ ਵੀ ਅੱਗੇ ਜਿਹੜੀ ਹੋਰ ਵੱਡੀ ਗੱਲ ਆ ਇਹ ਕਿ ਪਟਿਆਲੇ ਦੀ ਝੇਲ ਵਿੱਚ ਕਿਹਾ ਜਾਂਦਾ ਕਿ ਸ਼ੁਰੂਤ ਪਿਆਰੀ ਸੀ ਜਿਹੜਾ ਅੰਮ੍ਰਿਤਪਾਲ ਆ ਉਹ ਵੱਖਰੇ ਤਰੀਕੇ ਦੀ ਕਲੀ ਜਿਹੜਾ ਜੁੜ ਗਿਆ ਹੈ ਪੰਜਾਬ ਦੇ ਇਹਨਾਂ ਹਰਥਾ ਲਾਤਾ ਦੇ ਵਿੱਚ ਹੁਣ ਅੰਮ੍ਰਿਤਪਾਲ ਨੂੰ ਲੈ ਕੇ ਜਿੱਥੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਕਾਂਗਰਸ ਦਾ ਜਿਹੜਾ ਆਇਆ ਸਰਕਾਰ ਨੂੰ ਉਤਰਦੀ ਗੱਲ ਕਰ ਰਹੀ ਹੈ ਤਾਂ ਸੀਐਮ ਨੇ ਹਾਇਤ ਨਹੀਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਜਦੋਂ ਤੁਸੀਂ ਅੰਮ੍ਰਿਤਪਾਲ ਦੀ ਗੱਲ ਕਰਦੇ ਹੋ ਜਿਹੜਾ ਤੁਹਾਨੂੰ ਨਾਲੇ ਵੱਖਰੇ ਆ ਉਹਦੀ ਗੱਲ ਕਰਦੇ ਹਾਂ ਕਦ ਮੇਰਾ ਧਿਆਨ ਗਿਆ ਉਹ ਚੰਜਨ ਦਾ ਉਸ ਪ੍ਰਾਣਿਕ ਹੱਕੇ ਬਨਾ ਜਦੋਂ 1977 ਵਿੱਚ ਅਪ੍ਰੈਲ ਸਾਖੇ ਜਨਮ ਅੰਮ੍ਰਿਤਸਰ ਸਾਹਿਬ ਕੋਲ ਜਲੀ ਸੀ ਜਦੋਂ ਨਿਰੰਕਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਆਉ ਥੱਲੇ ਕਰਤਾ ਸੀ ਕਿ ਜਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਬਰਾਬਰ ਉੱਚੇ ਦਾ ਆਪਣਾ ਗੁਰੂਵੰਖਾ ਦਾ ਸਗੋਂ ਲੈ ਗੋਲ ਜਲੀ ਸੀ 13 ਸੈਂਕਸ਼ਨ ਹੋ ਗਿਆ ਸੀ ਗਈ ਉਸ ਤੋਂ ਬਾਅਦ ਹਾਲਾਤ ਜਿਹੜੇ ਉਹ ਲਗਾਤਾਰ ਕਿੱਡੇ ਹੁੰਦੇ ਗਏ ਸਨ ਸਕਾਈ ਨਿਊਜ਼ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਨਿੱਘਾ ਸਵਾਗਤ ਤੇ ਮਹਿਮੰਮਤਾ ਤੁਹਾਡੇ ਨਾਲ ਦਰਸ਼ਕੋਸ ਕਾਈ ਨਿਊਜ਼ ਪੰਜਾਬ ਦੇ ਵੱਲੋਂ ਹਰ ਰੋਜ਼ ਦੇਸ਼ ਦੇ ਅੰਮ੍ਰਿਤ ਤੇ ਗੰਭੀਰ ਮੁੱਦਿਆਂ ਦੇ ਨਾਲ ਵਿਚਾਰ ਚਰਚਾ ਕੀਤੀ ਜਾਂਦੀ ਹੈ ਸੋ ਅ ਅੱਜ ਦੀ ਜੇ ਗੱਲ ਕਰ ਲਈ ਤਾਂ ਸਾਨੂੰ ਸਭ ਨੂੰ ਪਤਾ ਹੈ ਕਿ ਹਰ ਦੂਸਰਾ ਪੰਜਾਬੀ ਜਿਹੜਾ ਆ ਉਹ ਵਿਦੇਸ਼ਾਂ ਦਾ ਰੁੱਖ ਕਰਦਾ ਹੈ ਹਾਲਾਂਕਿ ਪਹਿਲਾਂ ਦੀ ਗੱਲ ਕੀਤੀ ਜਾਵੇ ਤੇ ਇਸ ਦੇ ਵਿੱਚ ਸਭ ਤੋਂ ਵੱਡਾ ਕਾਰਨ ਬੇਰੋਜ਼ਗਾਰੀ ਮੰਨਿਆ ਜਾਂਦਾ ਸੀ ਤੇ ਹੁਣ ਇਸ ਦੇ ਵਿੱਚ ਇੱਕ ਹੋਰ ਨਵਾਂ ਕਾਰਨ ਜਿਹੜਾ ਜੁੜ ਗਿਆ ਹੈ ਉਹ ਹੈ ਕ੍ਰਾਈਮ ਦਾ ਕੀ ਸੂਬੇ ਦੇ ਵਿੱਚ ਕ੍ਰਾਈਮ ਜਿਹੜਾ ਆ ਉਹ ਦਿਨ-ਵਿਦਿਨ ਵਧਦਾ ਜਾ ਰਿਹਾ ਹੈ ਸੋ ਹੁਣ ਹਾਲਾਤ ਇਹ ਹੋ ਗਏ ਨੇ ਕਿ ਜਿੱਥੇ ਬੇਰੋਜ਼ਗਾਰੀ ਇੱਕ ਵੱਡਾ ਕਾਰਨ ਸੀ ਲੋਕ ਬਾਹਰ ਜਾ ਰਹੇ ਸੀ ਉਥੇ ਹੀ ਹੁਣ ਜਿਹੜਾ ਇੱਕ ਨਵਾਂ ਕਾਰਨ ਜਿਹੜੇ ਲੋਕਾਂ ਦਾ ਇੱਥੇ ਭਵਿੱਖ ਸੁਰੱਖਿਅਤ ਵੀ ਹੈ ਉਹ ਵੀ ਵਿਦੇਸ਼ਾਂ ਦਾ ਰੁਕ ਕਰ ਰਹੇ ਨੇ ਤੇ ਹੁਣ ਕ੍ਰਾਈਮ ਜਿਹੜਾ ਉਸ ਦਾ ਇੱਕ ਮੇਨ ਕਾਰਨ ਆ ਗਿਆ ਪਰ ਉਥੇ ਹੀ ਜਿਹੜਾ ਹੈ ਇਸ ਸਬ ਦੇ ਲਈ ਜੇਕਰ ਕ੍ਰਾਈਮ ਦੀ ਗੱਲ ਅਸੀਂ ਕਰ ਰਹੇ ਹਾਂ ਤੇ ਸਭ ਤੋਂ ਜ਼ਿਆਦਾ ਪੰਜਾਬੀ ਜਿਹੜਾ ਆ ਉਹ ਕਿੱਥੇ ਜਾਂਦੇ ਨੇ ਸਾਨੂੰ ਸਭ ਨੂੰ ਪਤਾ ਹੈ ਕਿ ਕੈਨੇਡਾ ਦਾ ਰੁੱਖ ਪੰਜਾਬੀ ਜੜਿਆ ਉਹ ਕਰਦੇ ਨੇ ਹੁਣ ਸਵਾਲ ਇੱਥੇ ਵੱਡਾ ਇਹ ਖੜਾ ਹੁੰਦਾ ਹੈ ਕਿ ਅਮਨ ਕਾਨੂੰਨ ਦੀ ਵਿਵਸਥਾ ਇੱਥੇ ਕਾਇਮ ਨਹੀਂ ਹੈ ਇਹ ਵਿਰੋਧੀਆਂ ਦਾ ਸਰਕਾਰ ਦੇ ਤੇ ਤੰਜ ਕਸਿਆ ਜਾਂਦਾ ਹੈ ਤੇ ਵਿਰੋਧੀਆਂ ਦਾ ਕਹਿਣਾ ਹੈ ਤੇ ਬਹੁਤ ਸਾਰੇ ਲੋਕਾਂ ਦਾ ਵੀ ਅਜਿਹਾ ਕਹਿਣਾ ਹੈ ਕਿ ਸੂਬੇ ਦੇ ਹਾਲਾਤ ਬਿਲਕੁਲ ਖਰਾਬ ਹੋ ਗਏ ਨੇ ਕ੍ਰਾਈਮ ਜਿਹੜਾ ਵੱਡਾ ਕਰ ਰਿਹਾ ਹੈ ਹੁਣ ਸਵਾਲ ਇੱਥੇ ਹੈ ਕਿ ਕੈਨੇਡਾ ਦੇ ਵਿੱਚ ਜਾਦਾ ਪੰਜਾਬੀ ਜਾਂਦੇ ਨੇ ਪਰ ਕ੍ਰਾਈਮ ਕਰਕੇ ਪੰਜਾਬ ਛੱਡ ਕੇ ਕੈਨੇਡਾ ਜਾ ਰਹੇ ਨੇ ਤੇ ਕੈਨੇਡਾ ਦੇ ਵਿੱਚ ਕ੍ਰਾਈਮ ਰੇਟ ਕੀ ਹੈ ਇਸ ਬਾਬਤ ਜਿਹੜੀ ਆ ਵਿਚਾਰ-ਚਰਚਾ ਕਰਾਂਗੇ ਇਸੇ ਦੇ ਨਾਲ ਨਾਲ ਜਿਹੜਾ ਹੈ ਹੋਰ ਨਵੇਂ ਮੁੱਦੇ ਜਿਹੜੇ ਨੇ ਜੁੜ ਗਏ ਨੇ ਪੰਜਾਬ ਦੇ ਸਿਆਸਤ ਦੇ ਨਾਲ ਤੇ ਆਮ ਲੋਕਾਂ ਦੇ ਨਾਲ ਜੁੜੇ ਹੋਏ ਸੋ ਸਟੂਡੀਓ ਦੇ ਵਿੱਚ ਸਾਡੇ ਨਾਲ ਮੌਜੂਦ ਨੇ ਕਬਲਜੀਤ ਪਨਵੈਤ ਬਨਵੈਤ ਜੀ ਸ਼ੁਰੂਆਤ ਆਪਾਂ ਇਸੇ ਤੋਂ ਹੀ ਕਰਾਂਗੇ ਕਿ ਜੇ ਆਪਾਂ ਸਾਨੂੰ ਸਭ ਨੂੰ ਪਤਾ ਹੈ ਭਈ ਜੇ ਸਭ ਤੋਂ ਜ਼ਿਆਦਾ ਜਿਹੜੇ ਪੰਜਾਬੀ ਆ ਉਹ ਕੈਨੇਡਾ ਜਾਂਦੇ ਨੇ ਹੁਣ ਕ੍ਰਾਈਮ ਰੇਟ ਦੀ ਅਸੀਂ ਗੱਲ ਕਰ ਰਹੇ ਸੀ ਕੈਨੇਡਾ ਦੇ ਵਿੱਚ ਕ੍ਰਾਈਮ ਰੇਟ ਕਿੰਨਾ ਹੈ ਮੰਮਤਾ ਜੀ ਸਤਿ ਸ੍ਰੀ ਅਕਾਲ ਪਿਆਰੇ ਦਰਸ਼ਕੋ ਤੁਹਾਨੂੰ ਵੀ ਦਿਲੋਂ ਜੀ ਆਇਆਂ ਸਤਕਾਰ ਮੰਮਤਾ ਜੀ ਕੱਲ ਆਪਾਂ ਪੰਜਾਬ ਦੇ ਜਿਹੜੀ ਅਮਰ ਕੁੰਦੀ ਸਥਿਤੀ ਆ ਉੱਤੇ ਚਰਚਾ ਕੀਤੀ ਸੀ ਜੀ ਅੱਜ ਮਸਲਾ ਜੁੜਿਆ ਹੋਇਆ ਕੈਨੇਡਾ ਨਾਲ ਕਿਉਂਕਿ ਇੱਕ ਤਾਜ਼ਾ ਰਿਪੋਰਟ ਆਈ ਆ ਕੈਨੇਡਾ ਵਿੱਚ ਕ੍ਰਾਈਮ ਬਾਰੇ ਪਹਿਲੀ ਗੱਲ ਤਾਂ ਇਹ ਕਿ ਪੰਜਾਬ ਤੋਂ ਹਰ ਰੋਜ਼ 272 ਲੋਕ ਵਿਦੇਸ਼ ਲਿਉੜਾਨ ਪਰਦੇ ਆ ਜੀ ਤੇ ਆਪਾਂ ਜੇ ਪਿਛਲੇ ਸਾਲ ਦੀ ਗੱਲ ਕਰ ਲਈਏ ਤਾਂ ਕੈਨੇਡਾ ਨੇ ਕੋਈ 4 ਲੱਖ ਦੇ ਕਰੀਬ ਜਿਹੜੇ ਬੰਦੇ ਆ ਨਾ ਜੀ ਉਹ ਮਂਗਾਏ ਆ ਵੱਖ-ਵੱਖ ਮੁਲਕਾਂ ਵਿੱਚੋਂ ਚਾਹੇ ਸਟੱਡੀ ਵੀ ਜਤਲਾ ਲਈਏ ਭਾਰਤ ਵਿੱਚੋਂ 226000 ਗਏ ਆ ਮਤਲਬ 226000 ਚੋਂ ਵੀ 80000 ਜਿਹੜੇ ਆ ਉਹ ਪੰਜਾਬੀ ਸੀਗੇ ਜੀ ਐਡੀ ਵੱਡੀ ਗੰਟੀ 'ਚ ਉੱਥੇ ਜਾ ਰਹੇ ਆ ਜਿਵੇਂ ਤੁਸੀਂ ਕਿਹਾ ਕਿ ਪਹਿਲਾਂ ਤਾਂ ਇੱਥੇ ਮਸਲਾ ਸੀਗਾ ਰੁਜ਼ਗਾਰ ਦਾ ਜੀ ਤੇ ਹੁਣ ਮਸਲਾ ਜਿਹੜਾ ਕਾਨੂੰਨ ਲਾਣ ਆਰਡਰ ਦਾ ਹੋ ਗਿਆ ਕੈਨੇਡਾ ਵਿੱਚ ਵੀ ਹਾਲਾਤ ਜਿਹੜੇ ਆ ਇੱਥੇ ਨਾਲੋਂ ਚੰਗੇ ਨਹੀਂ ਸੁਗਮਾੜੇ ਹਾਲਾਤ ਆ ਕਰਾਈ ਪੱਖੋਂ ਜਿਹੜੀ ਇੱਕ ਕੈਨੇਡਾ ਦੀ ਆਪਣੀ ਤਾਜ਼ਾ ਰਿਪੋਰਟ ਸਾਹਮਣੇ ਆਈ ਹੈ ਨਾ ਜੀ ਉਹਦੇ ਮੁਤਾਬਕ ਇਹ ਹੈ ਕਿ ਜੇ ਆਪਾਂ ਕੰਪੈਰੀਸ਼ਨ ਕਰ ਲਈਏ ਪੰਜਾਬ ਤੇ ਕੈਨੇਡਾ ਦਾ ਤਾਂ ਪੰਜਾਬ ਵਿੱਚ ਪਿਛਲੇ ਸਾਲ ਦੌਰਾਨ ਜੀ 1 ਲੱਖ ਪਿੱਛੇ 242 ਜਿਹੜੇ ਆ ਉਹ ਕੇ ਸਾਰੇ ਸੇ ਸਾਹਮਣੇ ਜੀ ਤੇ ਕੈਨੇਡਾ ਵਿੱਚ 1 ਲੱਖ ਪਿੱਛੇ 1086 ਕੇ ਸਾਹਮਣੇ ਆ ਰਹੇ ਆ ਜੀ ਜੀ ਇਹਦਾ ਮਤਲਬ ਇਹ ਹੋਇਆ ਕਿ ਜੇ ਪੰਜਾਬ ਵਿੱਚ 1 ਲੱਖ ਦੀ ਪਾਪੂਲੇਸ਼ਨ ਪਿੱਛੇ 242 ਲੋਕ ਜਿਹੜੇ ਆ ਉਹ ਉਲਝੇ ਹੋਏ ਆ ਕੇਸਾਂ ਵਿੱਚ ਜਾਂ ਕ੍ਰਾਈਮ ਕਰਦੇ ਆ ਜਾਂ ਇਹ ਕਰਾਏ ਦਾ ਸ਼ਿਕਾਰ ਹੁੰਦੇ ਆ ਤਾਂ ਕੈਨੇਡਾ ਵਿੱਚ ਜਿਹੜੀ ਗਿਣਤੀ ਆ ਇਹ 1086 ਆ ਸੋ ਪੰਜਾਬ ਨਾਲੋਂ ਆਪਾਂ ਕਹਿ ਲਈਏ ਕਿ 5 ਗੁਣਾ ਆ ਜੀ ਇੱਕ ਇਹ ਪਤਾ ਲੱਗਾ ਕਿ ਕੈਨੇਡਾ ਵਿੱਚ ਹਰ 48 ਮਿੰਟ ਬਾਅਦ ਇੱਕ ਕਾਰ ਚੋਰੀ ਹੋ ਰਹੀ ਆ ਜੀ ਤੁਸੀਂ ਹੈਰਾਨ ਹੋਵੋਗੇ ਕੈਨੇਡਾ ਦਾ ਇੱਕ ਬਹੁਤ ਵੱਡਾ ਸ਼ਹਿਰ ਆ ਟੋਰਾਂਟੋ ਜਿਵੇਂ ਆਪਾਂ ਇਸ ਦਿੱਲੀ ਕਹਿ ਲਈਏ ਉੱਥੇ ਆ ਨਵਾਂ ਸਾਲ ਜਿਹੜਾ ਸ਼ੁਰੂ ਹੋਇਆ ਨਾ ਜੀ 2023 ਉਹਦੇ ਪਹਿਲੇ 7 ਦਿਨਾਂ ਵਿੱਚ 26 ਕਾਰਾਂ ਚੋਰੀ ਹੋਈਆਂ ਮਤਲਬ ਇੱਕ ਕੋਈ ਸ਼ਹਿਰ ਵਿੱਚੋਂ ਹੁਣ ਇੱਕ ਇੱਕੇ ਪਤਾ ਲੱਗਾ ਕਿ ਕਿਹਾ ਜਾਂਦਾ ਕਿ ਜਦੋਂ ਰਾਤ ਨੂੰ ਤੁਸੀਂ ਕਾਰ ਪਾਰਕ ਕਰਕੇ ਸੌਂਦੇ ਹੋ ਤਾਂ ਤੁਹਾਨੂੰ ਸਵੇਰੇ ਨਹੀਂ ਪਤਾ ਹੁੰਦਾ ਜੀ ਵੀ ਕਾਰ ਖੜੀ ਹੋਊਗੀ ਜਾਂ ਕੋਈ ਲੈ ਗਿਆ ਹੋਊਗਾ ਜੀ 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 ਹਾਲਾਂ ਕੈਨੇਡਾ ਵਿੱਚ ਹਾਲਾਤ ਇਹ ਆ ਕਿ ਤੁਸੀਂ ਉੱਥੇ ਪਾਰਕਿੰਗ ਫੀਸ ਵੀ ਦਿੰਨੇ ਹੋ ਪਾਰਕਿੰਗ ਫੀਸ پارک ਬਲਾਟਾ ਨਹੀਂ ਤੁਸੀਂ ਦਿੰਦੇ ਜੋ ਕਰਦੇ ਮੂਰੇ ਤੁਸੀਂ ਕਾਰ ਖੜਾਉਂਦੇ ਹੋ ਉਹਦੀ ਵੀ ਤੁਹਾਨੂੰ ਫੀਸ ਦੇਣੀ ਪੈਂਦੀ ਆ ਤੇ ਜਿਹੜੀ ਰਿਪੋਰਟ ਇਹ ਕਹਿੰਦੀ ਆ ਕਿ ਪਿਛਲੇ ਸਾਲ ਕ੍ਰਾਈਮ ਦੇ ਕੈਨੇਡਾ ਵਿੱਚ 423000 ਕੇਸ ਆਏ ਆ ਜਿਹਦੇ ਵਿੱਚ ਆਪਾਂ ਇਹ ਕਹਿ ਲਈਏ ਕਿ ਚਾਹੇ ਉਹਦੇ ਗੋਲਾਬਾਰੀ ਦੇ ਆ ਚਾਹੇ ਸਨੇਚਿੰਗ ਦੇ ਆ ਚਾਹੇ ਲੁੱਟਖੋਦੇ ਆ ਕੈਨੇਡਾ ਵਿੱਚ ਆਪਾਂ ਇਹ ਕਹੀਏ ਕਿ ਗੋਲਾਬਾਰੀ ਚਾਕੂ ਦੀਆਂ ਇਹਨੀਆਂ ਘਟਨਾਵਾਂ ਆ ਉਹ ਪਹਿਲਾਂ ਨਾਲੋਂ ਬਹੁਤ ਜ਼ਿਆਦਾ ਵਧੀਆ ਆਪਾਂ ਗੈਂਗਵਾਰ ਕਰ ਲਈਏ ਨਸ਼ੇ ਕਰ ਲਈਏ ਇਹ ਸਾਰਾ ਕੁਝ ਕੈਨੇਡਾ ਵਿੱਚ ਵਾਪਰਨ ਲੱਗ ਗਿਆ ਸੋ ਇੱਕ ਵੱਡੀ ਗੱਲ ਇਹ ਹੈ ਕਿ ਅਸੀਂ ਜਿਸ ਥਾਂ ਨੂੰ ਸੁਰੱਖਿਅਤ ਸਮਝਦੇ ਸੀ ਜੀ 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 ਉਹ ਥਾਂ ਹੁਣ ਸੁਰੱਖਿਅਤ ਨਹੀਂ ਰਹੀ ਹੈਗੀ ਜੀ ਇੱਕ ਗੱਲ ਹੋਰ ਦੂਜੀ ਗੱਲ ਇਹ ਕਿ ਉੱਥੋਂ ਦੀ ਜਿਹੜੀ ਸਰਕਾਰਾਂ ਆ ਨਾ ਜੀ ਜੀ ਉਹ ਵੀ ਹੱਥ ਖੜੇ ਕਰ ਗਈਆਂ ਕਿਸੇ ਨਾ ਕਿਹਾ ਜਾਂਦਾ ਕਿ ਅਸੀਂ ਕਹਿੰਦੇ ਸੀ ਕਿ ਕੈਨੇਡਾ ਵਿੱਚ ਤੁਹਾਡਾ ਜਿਹੜਾ ਬਡੇਪਾ ਆ ਉਹ ਵਧੀਆ ਲੰਘਦਾ ਆ ਤੁਸੀਂ ਅਨਸ਼ੋਰਡ ਹੋ ਤੁਹਾਡਾ ਮੈਡੀਕਲ ਕਲੇਮ ਸਾਰ ਹੁੰਦਾ ਪਰ ਇਸ ਵੇਲੇ ਕੈਨੇਡਾ ਦੇ ਹਾਲਾਤ ਕਹਿੰਦੇ ਇਹ ਆ ਕਿ ਜੇ ਤੁਸੀਂ ਲੱਤ ਰੁੱਟੀ ਲੈ ਕੇ ਐਮਰਜੈਂਸੀ ਜਾਂਦੇ ਹੋ ਤਾਂ ਤੁਹਾਡੀ 20-20 ਮਤਲਬ ਕਿ ਘੰਟੇ ਬਾਰੀ ਨਹੀਂ ਆਉਂਦੀ ਹੈਗੀ ਸਿਰਫ ਉਹ ਕੇਸ ਜਿਹੜੇ ਸੀਰੀਅਸ ਕੇਸ ਆ ਜਿਨ੍ਹਾਂ ਦੀ ਤੁਹਾਡੀ ਜਾਨ ਨੂੰ ਥ੍ਰੈਟ ਆ ਲਾਈਫ ਨੂੰ ਥ੍ਰੈਟ ਆ ਉਹ ਕੇਸ ਲੈ ਜਾਂਦੇ ਆ ਕਿ ਜੇ ਤੁਹਾਡੀ ਲੱਤ ਰੁੱਟੀ ਹੋਈ ਹੈ ਤੁਸੀਂ ਪੀਸ ਨਾਲ ਤੁਸੀਂ ਜਿਹੜੀ ਪੀੜ ਆ ਉਹਦੇ ਨਾਲ ਬਿਲਕਦੇ ਹੋ ਤਾਂ ਤੁਹਾਨੂੰ ਕੋਈ ਨਹੀਂ ਪੁੱਛਦਾ ਹੈਗਾ ਸੋ ਹਾਲਾਤ ਜਿਹੜੇ ਇਦਾਂ ਦੇ ਆ ਦੂਜੇ ਸ਼ਬਦ ਜੇ ਕਹਿ ਲਈਏ ਕਿ ਕੈਨੇਡਾ ਸਰਕਾਰ ਬਾਹਰੋਂ ਜਿਹੜੇ ਆ ਲੇਬਰ ਮੰਗਾਈ ਜਾ ਰਹੀ ਆ ਪਰ ਉਥੇ ਆਪਣਾ ਢਾਂਚਾ ਆ ਉਹ ਮਜ਼ਬੂਤ ਨਹੀਂ ਕਰ ਰਹੀ ਹੈਗੀ ਜੀ ਬੱਸਾਂ ਵਿੱਚ ਕਹ ਲਈਏ ਬੱਸਾਂ ਵਿੱਚ ਸਟੈਬਿੰਗ ਦੀਆਂ ਚਾਕੂ ਮਾਰਨ ਦੀਆਂ ਘਟਨਾਵਾਂ ਆਬ ਹੁੰਦੀਆਂ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਦੇ ਕਿੰਨੇ ਬੱਚੇ ਪੜਨਗੇ ਉਥੇ ਇੱਕ ਪਟਵਾਲਾ ਦੇ ਕੁੜੀ ਕੰਮ ਕਰਦੀ ਗਈ ਸੀ ਉਹ ਮਾਰਤੀ ਗਈ ਸੀ ਬੜਾ ਕੋਈ ਵਾਪਰ ਰਿਹਾ ਪਰ ਮੈਂ ਜੋ ਇੱਕ ਰਿਪੋਰਟ ਜਿਹੜੀ ਹੈ ਨਾ ਜੀ ਉਹਦੇ ਵਿੱਚ ਇਹ ਵੀ ਕਿਹਾ ਗਿਆ ਕਿ ਜਿਹੜੀ ਕੈਨੇਡਾ ਦੀ ਸਰਕਾਰ ਆ ਇੱਕ ਤਾਂ ਉਹ ਇਹ ਕਹਿੰਦੀ ਆ ਕਿ ਅਸੀਂ ਸਮਝ ਨਹੀਂ ਸਕਿਆ ਕਿ ਅਪਰਾਧ ਵਧਿਆ ਕਿਉਂ ਆ ਦੂਜੀ ਗੱਲ ਇਹ ਕਿ ਕੈਨੇਡਾ ਇੱਕ ਫੈਡਰਲ ਕੰਟਰੀ ਆ ਸੰਗੀ ਢਾਂਚਾ ਆ ਉਹ ਸੰਗੀ ਸੰਗੀ ਢਾਂਚੇ ਦੀ ਮੰਗ ਅਸੀਂ ਵੀ ਕਰਦੇ ਆ ਮਤਲਬ ਜਿਹੜਾ ਫੈਡਰਲ ਕੰਟਰੀ ਆ ਉਹਦੇ ਵਿੱਚ ਇਹ ਕਹਿੰਦਾ ਕਿ ਜਿਹੜੇ ਅਧਿਕਾਰ ਆ ਉਹ ਸ਼ਹਿਰਾਂ ਨੂੰ ਦਿੱਤੇ ਜਾਂਦੇ ਆ ਸੂਬਿਆਂ ਤੇ ਜਾਂਦੇ ਆ ਕਿ ਤੁਸੀਂ ਕਿਵੇਂ ਜੱਠਣਾ ਹੁਣ ਕੇਂਦਰ ਸਰਕਾਰ ਇਹ ਕਹਿੰਦੀ ਆ ਕਿ ਅਸੀਂ ਤੁਹਾਨੂੰ ਸੂਬਿਆਂ ਨੂੰ ਅਧਿਕਾਰ ਦੇ ਤੇ ਤੁਸੀਂ ਆਪਣੇ ਲੈਵਲ ਤੇ ਜੱਠੋ ਪਰ ਸੂਬੇ ਵਾਲੇ ਕਹਿੰਦਾ ਕਿ ਸਾਡੇ ਕੋਲੇ ਨਾ ਤਾਂ ਉਹਨੀ ਮੈਨ ਪਾਵਰ ਆ ਨਾ ਸਾਡੇ ਕੋਲ ਹਥਿਆਰ ਆ ਸੋ ਜਿਹੜੀ ਇੱਕ ਇਹ ਇਹ ਕਿ ਕੇਂਦਰ ਜ਼ਿੰਮੇਵਾਰੀ ਪਾ ਰਿਹਾ ਰਾਜਾਂ ਉੱਤੇ ਸ਼ਹਿਰਾਂ ਉੱਤੇ ਸ਼ਹਿਰ ਜ਼ਿੰਮੇਵਾਰੀ ਪਾ ਰਹੇ ਆ ਸੈਂਟਰ ਉੱਤੇ ਇਹ ਇੱਕ ਜਿਹੜਾ ਬੜਾ ਖਤਰਨਾਕ ਰੁਝਾਨ ਆ ਚਾਹੀਦਾ ਇਹ ਆ ਕਿ ਕੇਂਦਰ ਤੇ ਰਾਜ ਜਿਹੜੇ ਆ ਉਹ ਰਲ ਕੇ ਜਿਹੜੀ ਜ਼ਿੰਮੇਵਾਰੀ ਆ ਉਹ ਚੁੱਕਣ ਤਦ ਕੁਝ ਹੋ ਸਕਦਾ ਔਰ ਇਹ ਪਤਾ ਇਹ ਲੱਗਾ ਕਿ ਉੱਥੇ ਪੁਲਿਸ ਦੀ ਗਣਤੀ ਬਹੁਤ ਘੱਟ ਆ ਜਿਵੇਂ ਆਪਾਂ ਕਹਿੰਦੇ ਕਿ ਉੱਥੇ ਪੁਲਿਸ ਹਰਥਾ ਮਜ਼ੂਰ ਹੁੰਦੀ ਆ ਔਰ ਪੁਲਿਸ ਜਿਹੜੀ ਆ ਉਹ ਚੰਗੇ ਜਿਹੜੇ ਹਥਿਆਰ ਆ ਉਹਨਾਂ ਨਾਲ ਲੈਸ ਨਹੀਂ ਹੈਗੀ ਇਹਦਾ ਇੱਕ ਹੱਲ ਹੋਰ ਵੀ ਰਿਪੋਰਟ ਦਿੱਤਾ ਗਿਆ ਕਿ ਪ੍ਰਾਈਵੇਟ ਏਜੰਸੀਆਂ ਹਾਇਰ ਕਰ ਲਈਆਂ ਜਾਣਾਂ ਜਿਹੜੀਆਂ ਪੀਸੀਆਰ ਲੱਗੇ ਘੁੰਮਣ ਤੇ ਜਦੋਂ ਕੋਈ ਵਾਰਦਾਤ ਹੁੰਦੀ ਆ ਜਾਂ ਕੁਝ ਤੁਹਾਨੂੰ ਲੱਗਦਾ ਕੋਈ ਸ਼ੱਕੀ ਬੰਦੇ ਘੁੰਮਦੇ ਤਾਂ ਉਹ ਪੁਲਿਸ ਨੂੰ ਜਿਹੜਾ ਆ ਇਨਫੋਰਮ ਕਰ ਸਕਦੇ ਆ ਪਰ ਇਹ ਸਾਰਾ ਕੁਝ ਪਹਾੜੇ ਤੇ ਲੱਗੇ ਚੱਲਣਾ ਜਿਹੜਾ ਆ ਉਹ ਐਡਾ ਸੌਖਾ ਨਹੀਂ ਹੈਗਾ ਸੋ ਅਸੀਂ ਜਿੱਥੇ ਕੱਲ ਚਿੰਤਾ ਕੀਤੀ ਸੀਗੀ ਪੰਜਾਬ ਬਾਰੇ ਅੱਜ ਫਿਕਰਮੰਦੀ ਸਾਨੂੰ ਕੈਨੇਡਾ ਬਾਰੇ ਆ ਕਿਉਂਕਿ ਹਰ ਦਸਵੇਂ ਘਰ ਦਾ ਪਾੜਾ ਜਿਹੜਾ ਆ ਉਹ ਕੈਨੇਡਾ ਬੈਠਾ ਪੰਜਾਬ ਵਿੱਚ ਤੁਸੀਂ ਹੈਰਾਨ ਹੋਵੋਗੇ ਕਿ 55 ਲੱਖ ਘਰ ਆ ਅਰ ਚਲੰਗ 53,60,000 ਪਾਸਪੋਰਟ ਬਣੇ ਹੋਏ ਆ ਜੀ 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 ਸੋ ਇਸ ਕਰਕੇ ਸਾਰੇ ਦਾ ਸਾਰਾ ਜਿਹੜਾ ਪੰਜਾਬ ਆ ਉਹ ਬਾਹਰ ਜਾ ਚੁੱਕਾ ਵਿਸ਼ੇਸ਼ ਕਰਕੇ ਕੈਨੇਡਾ ਵਿੱਚ ਤੇ ਮੈਨੂੰ ਇਹ ਲੱਗਦਾ ਕਿ ਜਿੰਨੀ ਚਿੰਤਾ ਸਾਨੂੰ ਪੰਜਾਬ ਬਾਰੇ ਕਰਨ ਦੀ ਲੋੜ ਆ ਉਨੀਂ ਚਿੰਤਾ ਸਾਡੀ ਫਿਕਰਮੰਦੀ ਜਿਹੜੀ ਆ ਉਹ ਕੈਨੇਡਾ ਬਾਰੇ ਕਰਨੀ ਪੈਂਦੀ ਆ ਕਿਉਂਕਿ ਸਾਡੇ ਬੱਚੇ ਸਾਡੇ ਭੈਣ ਭਰਾ ਸਾਡੇ ਬਜ਼ੁਰਗ ਸਾਡੇ ਸਾਰੇ ਉੱਥੇ ਰਿਸ਼ਤੇਦਾਰ ਜਿਹੜੇ ਆ ਉਹ ਕੈਨੇਡਾ ਬੈਠੇ ਆ ਜੇ ਉੱਥੇ ਬੈਠੇ ਉਹ ਸਾਡੀ ਸੁੱਖ ਲੋੜਦੇ ਆ ਜੀ ਤਾਂ ਕੁਦਰਤੀ ਆ ਕਿ ਅਸੀਂ ਵੀ ਜਿਹੜਾ ਉਹਨਾਂ ਬਾਰੇ ਅਰਦਾਸ ਕਰਾਂਗੇ ਕਿ ਜਿਹੜੇ ਉੱਥੇ ਤੰਦਰੁਸਤ ਰਹਿਣ ਜਿਵੇਂ ਉਹ ਕਮਾਉਣ ਲਈ ਬਾਹਰ ਚੰਗੀ ਤਰ੍ਹਾਂ ਸੈੱਟ ਹੋਣ ਲਈ ਗਏ ਆ ਉਹ ਉਹ ਜਿਹੜੇ ਸੁਪਨੇ ਉਹਨਾਂ ਦੇ ਪੂਰੇ ਹੋਣ ਨਾ ਕਿ ਉਹ ਇੱਥੇ ਨਾਲੋਂ ਵੀ ਵੱਧ ਜਿਹੜਾ ਇੱਕ ਸੰਕਟ ਵਾਲੀ ਸਥਿਤੀ ਆ ਉਹਦੇ ਵਿੱਚ ਵੀ ਲੰਘਣਾ ਜੀ ਅਬ ਬਨਵੈਜੀ ਆਪਾਂ ਕ੍ਰਾਈਮ ਦੀ ਗੱਲ ਕਰ ਰਹੇ ਆ ਤਾਂ ਵੀ ਤੇ ਕੱਲ ਆਪਾਂ ਗੋਇੰਦਵਾਲ ਜੇਲ੍ਹ ਦੇ ਵਿੱਚ ਜੋ ਜੋ ਹੋਇਆ ਉਸ ਬਾਬਤ ਪੂਰਾ ਨਿਚੋੜ ਕਹਿ ਸਕਦੇ ਹਾਂ ਅਸੀਂ ਕੱਢ ਕੇ ਦੇਖਿਆ ਹੁਣ ਦੀ ਜੇਕਰ ਗੱਲ ਕਰ ਲਈ ਤੇ ਉਸ ਨੂੰ ਲੈ ਕੇ ਹੁਣ ਕੋਈ ਤਾਜ਼ਾ ਅਪਡੇਟ ਕੀ ਸਾਹਮਣੇ ਆਈ ਹੈ ਤੇ ਗੱਲ ਕੀਤੀ ਜਾਵੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਸਸਪੈਂਡ ਕਰ ਦਿੱਤਾ ਗਿਆ ਹੈ ਉੱਥੇ ਦਾ ਬਟਾ ਪੁਲਿਸ ਅਧਿਕਾਰੀ ਕਿ ਕੁਝ ਕਾਰਵਾਈ ਕੀਤੀ ਗਈ ਹੈ ਇਸ ਮੁਲਕੀ ਮਮਤਾ ਜੀ ਜਿਹੜਾ ਗੋਇੰਦਵਰ ਸਾਹਿਬ ਜੇਲ ਦਾ ਨਾ ਡਿਪਟੀ ਸੁਪਰਡੈਂਟ ਹਰੀਸ਼ ਕੁਮਾਰਿਆ ਉਹਨੂੰ ਸਸਪੈਂਡ ਕਰਤਾ ਗਿਆ ਜੀ ਜਿਹੜੇ ਉੱਥੋਂ ਦੇ ਸੁਪਰਡੈਂਟ ਜੇਲ ਸੀਗੇ ਜਿਸ ਨੇ ਘਟਨਾ ਵਾਪਰੀ ਆ ਉਸਨੂੰ ਛੁੱਟੀ ਤੇ ਸੀਗੇ ਪਰ ਸਾਡੇ ਸੂਤਰੇ ਕਹਿੰਦੇ ਆ ਕਿ ਉਸ ਦਿਨ ਸੁਪਰਡੈਂਟ ਜੇਲ ਜਿਹੜੇ ਆ ਉਹ ਘਟਨਾ ਵਾਪਰਨ ਦੇ ਵੇਲੇ ਬੁਲਾ ਲੈ ਗਏ ਸੀਗੇ ਤੇ ਸਾਨੂੰ ਜਾਣਕਾਰੀ ਇਹ ਵੀ ਮਿਲੀ ਆ ਕਿ ਉਹ ਵੀ ਜਿਹੜੇ ਆ ਦੋਸ਼ ਦੋਸ਼ਾਂ ਦੇ ਘੇਰੇ ਵਿਚ ਆ ਰਹੇ ਆ ਸੁਪਰਡੈਂਟ ਵੀ ਕਿਉਂਕਿ ਗੱਲ ਲੜਾਈ ਹੋਣ ਦੀ ਛੋਟੀ ਹੈਗੀ ਆ ਵੱਡੀ ਗੱਲ ਇਹ ਆ ਕਿ ਹਥਿਆਰ ਕਿਵੇਂ ਪਹੁੰਚੇ ਐਦਾ ਹੈ ਨਹੀਂ ਕਿ ਜੇਲ੍ਹ ਵਿੱਚ ਜਿਹੜੇ ਹਥਿਆਰ ਆ ਉਹ ਉਸੇ ਦਿਨ ਪਹੁੰਚ ਗਏ ਜਦੋਂ ਜੇਲ੍ਹ ਸੁਪਰਡੈਂਟ ਛੁੱਟੀ ਤੇ ਸੀਗਾ ਪਰ ਜੇਲ੍ਹ ਸੁਪਰਡੈਂਟ ਜਦੋਂ ਪਹਿਲਾਂ ਡਿਊਟੀ ਤੇ ਸੀਗਾ ਜਿਹੜੇ ਹਥਿਆਰ ਆ ਤੇਜ਼ਦਰ ਹਥਿਆਰ ਤਾਂ ਉੱਥੇ ਤੋਂ ਪਹੁੰਚੇ ਹਨ ਜੀ ਇੱਕ ਗੱਲ ਇਹ ਦੂਜੀ ਗੱਲ ਇਹ ਕਿ ਕੱਲ 7 ਜਿਹੜੇ ਮੁੱਲਜਮੇ ਉਹ ਨਾਮਜ਼ਦ ਕਰਤੇ ਗਏ ਸੀ ਅਰੇ ਜਿੱਕਰ ਇਥੇ ਬਣਵਾ ਚੀ ਇਹ ਵੀ ਸੀਗਾ ਭਈ 20 ਮਿੰਟ ਤੱਕ ਦੱਸਿਆ ਜਾ ਰਿਹਾ ਸੀ ਕਿ 20 ਮਿੰਟ ਤੱਕ ਉਹ ਲੜਾਈ ਹੁੰਦੀ ਰਹੀ ਹੈ ਤਾਂ ਵੀ ਕੋਈ ਵੱਡਾ ਐਕਸ਼ਨ ਨਹੀਂ ਲਿਆ ਜਾਂਦਾ ਸ਼ਾਇਦ ਇਹ ਸੀਗਾ ਕਿ ਜਿੱਕਰ ਲੜਾਈ ਹੋ ਵੀ ਗਈ ਹੈ ਘਟੋ ਘਟ ਮੌਕੇ ਤੇ ਜਾ ਕੇ ਉਸ ਦੇ ਉੱਤੇ ਕਾਬੂ ਪਾਇਆ ਜਾਵੇ ਤਾਂ ਸ਼ਾਇਦ ਕੋਈ ਅਜੀ ਅਨੁਸੁਖਾਵੀ ਘਟਨਾ ਨਾ ਵਾਪਰੇ ਮੈਂ ਥੋੜਾ ਥੋੜਾ ਦੱਸਦਾ ਇਹ ਕਿ ਜਿਹੜੇ ਦੋਨੇ ਗਰੁੱਪ ਆ ਨਾ ਜੀ ਇਹ ਬੈਰਕ ਨੰਬਰ 2 ਵਰ 3 ਚ ਆਮੋ ਸਾਹਮਣੇ ਰਹਿੰਦੇ ਆ ਜੀ ਹਨਾ ਵੈਸੇ ਚਾਹੀਦਾ ਹੁੰਦਾ ਕਿ ਜਦੋਂ ਤੁਹਾਨੂੰ ਪਤਾ ਹੋਵੇ ਕਿ ਦੋ ਗੈਂਗਸਟਰ ਗਰੁੱਪ ਜੇਲ੍ਹਾਂ ਵਿੱਚ ਹੈਗੇ ਆ ਤਾਂ ਉਹਨਾਂ ਨੂੰ ਬਿਥ ਮਤਲਬ ਕਿ ਪਾ ਕੇ ਜਿਹੜਾ ਦੂਰ ਦੂਰ ਰੱਖਿਆ ਜਾਣਾ ਚਾਹੀਦਾ ਹੁੰਦਾ ਪਰ ਹੁਣ ਇਸ ਮਾਮਲੇ ਵਿੱਚ ਜਿਹੜੇ ਐਸਐਸਪੀ ਨੇ ਉੱਥੋਂ ਦੇ ਉਹਨਾਂ ਨੇ ਚੋਹਾਨ ਸਾਹਿਬ ਉਹਨਾਂ ਨੇ ਜਿਹੜੀ ਇਨਕੁਆਰੀ ਆ ਉਹ ਵੀ ਮਾਰ ਕਰਤੀ ਇੱਕ ਤੁਹਾਨੂੰ ਮੈਂ ਹੋਰ ਗੱਲ ਦੱਸਦਾ ਤੁਸੀਂ ਹੈਰਾਨ ਹੋਮੋਗੇ ਕਿ ਸਰਕਾਰ ਕਹਿੰਦੀ ਸੀ ਕਾਬੂ ਪਾ ਲਿਆ ਕੱਲ ਕੁਝ ਜੇਲ੍ਹਾਂ ਦੀ ਅਚਨਚੇਤ ਚੈਕਿੰਗ ਹੋਈ ਆ ਅਚਨਚੇਤ ਚੈਕਿੰਗ ਦੌਰਾਨ ਤੁਸੀਂ ਹੈਰਾਨ ਹੋਵੋਗੇ ਕਿ ਕਪੂਰਥੜਾ ਜੇਲ੍ਹ ਵਿੱਚੋਂ ਜੀ ਇੱਕ ਕਿਸੇ ਕੈਦੀ ਕੋਲੋਂ ਜਿਹੜਾ ਉਹ ਹੁੰਦਾ ਨਾ ਮਾਲੀਆਂ ਵਾਲਾ ਖੁਰਪਰ ਲੋਹੇ ਦਾ ਉਹ ਮਿਲਿਆ ਤੇ ਕਈ ਕੈਦੀਆਂ ਕੋਲੇ ਹੋਰ ਤੇਜ਼ ਤਰ੍ਹਾਂ ਹਥਿਆਰ ਸੀਗੇ ਜੀ 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 ਬੇਹਦ ਹੈਰਾਨੀ ਵਾਲੀ ਗੱਲ ਆ ਜੀ ਉਸ ਤੋਂ ਵੀ ਅੱਗੇ ਜਿਹੜੀ ਹੋਰ ਵੱਡੀ ਗੱਲ ਆ ਇਹ ਕਿ ਪਟਿਆਲੇ ਦੀ ਜੇਲ੍ਹ ਵਿੱਚ ਕਿਹਾ ਜਾਂਦਾ ਕਿ ਸੁਰੰਗ ਪੁੱਟੀ ਜਾ ਰਹੀ ਸੀ ਜੀ ਚਾਹੇ ਜਿਹੜੇ ਉੱਥੋਂ ਦੇ ਜੇਲ੍ਹ ਸਟੂਡੈਂਟ ਆ ਮਨਜੀਤ ਸਿੰਘ ਟਵਾਣਾ ਉਹਨਾਂ ਨੇ ਕਹਿਤਾ ਕਿ ਕਿਸੇ ਕੈਦੀ ਨੇ ਆਪਣਾ ਮੋਬਾਈਲ ਲੁਕਾਉਣ ਲਈ ਇਹ ਸੁਰਖੱਡਾ ਪੁੱਟਿਆ ਸੀਗਾ ਉਹ ਚੋਂ ਨੇ ਮੋਬਾਈਲ ਲੁਕਾਉਣਾ ਸੀਗਾ ਪਰ ਜੇ ਸੀ ਚੇਤੇ ਕਰ ਲਈਏ 203 ਜੀ 21 22 ਫਰਵਰੀ ਦੀ ਰਾਤ ਜਦੋਂ ਬੜੈਲ ਜੇਲ ਵਿੱਚੋਂ ਜੀ ਜੀ ਸੁਰੰਗ ਪੱਟ ਕੇ ਜਗਤਾਰ ਸਿੰਘ ਹਵਾਰਾ ਜਗਤਾਰ ਸਿੰਘ ਤਾਰਾ ਪਰਮ ਸਿੰਘ ਭੋਰਾ ਤੇ ਕੁੱਕ ਦੇਵੀ ਭੱਜੇ ਸੀਗੇ ਜੀ 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 ਤਾਂ ਜੋ ਜੇਲ੍ਹਾਂ ਵਿੱਚ ਵਾਪਰ ਰਿਹਾ ਤਾਂ ਉਹ ਤੋਂ ਕੋਈ ਵੱਡੀ ਗੱਲ ਨਹੀਂ ਲੱਗਦੀ ਹੈਗੀ ਕਿ ਇਹ ਜਿਹੜਾ ਆ சுரੰਗ ਪੱਟੀ ਦੀ ਜਿਹੜੀ ਕਹਾਣੀ ਆ ਉਹ ਗਲਤ ਹੋਵੇ ਜਾਂ ਆਪਾਂ ਇੱਕ ਹੋਰ ਵੀ ਚੇਤਤਾਂ ਜਾ ਰਿਹਾ ਕਿ ਇੱਕ ਕਮਰ ਸੰਧੂ ਜਨਰੇਸ਼ਨ ਸਗੇ ਬਾਟੂ ਆਮ ਆਦੀ ਪਾਰਟੀ ਦੇ ਐਮਐਲਏ ਬਣੇ ਆ ਉਹ ਜੇਲ੍ਹ ਵਿੱਚ ਕਿਸੇ ਨਾਲ ਮੁਲਾਕਾਤ ਕਰਨ ਗਏ ਸੀ ਉਹਨਾਂ ਦੇ ਉੱਥੇ ਰਾਜ ਜੋ ਆਣਾ ਜਿਹੜਾ ਭਾਈ ਉਹਨੂੰ ਇੱਕ ਕੁੱਟਮਾਰ ਕਰਤੀ ਸੀ ਸੋ ਜੇਲ੍ਹਾਂ ਵਿੱਚ ਅਜਿਹਾ ਜਿਹੜਾ ਆ ਉਹ ਆਮ ਵਾਪਰਦਾ ਜੀ ਜੀ ਪਰ ਪੰਜਾਬ ਸਰਕਾਰ ਕਹਿ ਰਹੀ ਆ ਕਿ ਅਸੀਂ ਜੇਲ੍ਹਾਂ ਵਿੱਚ ਜੈਮਰ ਲਾਤੇ ਜੇ ਤੁਸੀਂ ਜੇਲ੍ਹਾਂ ਦੇ ਬਾਹਰ ਜੈਮਰ ਲਾ ਦਿੱਤੇ ਤਾਂ ਅੰਦਰ ਜਿਹੜਾ ਫੋਨ ਹੈ ਉਹ ਕਿਵੇਂ ਚੱਲ ਸਕਦਾ ਜੀ 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 ਬੜੇ ਜਿਆ ਜੇ ਤੁਸੀਂ ਤਲਾਸ਼ੀ ਲੈ ਕੇ ਅੰਦਰ ਖਾਣਾ ਭੇਜਦੇ ਹੋ ਤਲਾਸ਼ੀ ਲੈ ਕੇ ਬੰਦੇ ਨੂੰ ਭੇਜਦੇ ਹੋ ਹੁਣ ਤਾਂ ਇੱਕ ਨਵਾਂ ਸਿਸਟਮ ਹੋ ਗਿਆ ਹੈ ਸ਼ਾਇਦ ਤੁਹਾਡੇ ਧਿਆਨ ਚ ਹੋਣਾ ਕਿ ਪਹਿਲਾਂ ਮੁਲਾਕਾਤ ਹੁੰਦੀ ਸੀ ਕਮਰੇ ਵਿੱਚ ਕੇ ਮੁਲਾਕਾਤ ਹਾਲ ਬਣਿਆ ਹੋਇਆ ਜੀ ਤੁਸੀਂ ਮੁਲਾਕਾਤ ਕਰਨ ਲਈ ਬੈਠੇ ਹੋ ਜੀ ਤੁਸੀਂ ਮੁਲਾਕਾਤ ਕਿਉਂਕਿ ਕੁਝ ਵੀ ਫੜਾ ਦਿੰਦੇ ਹੋ ਪਰ ਹੁਣ ਤਾਂ ਇਹ ਹੈ ਕਿ ਜਿੱਥੇ ਮੁਲਾਕਾਤ ਕਮਰੇ ਆ ਉੱਥੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਤੁਸੀਂ ਜਿਹੜੀਆਂ ਉੱਥੇ ਹਰ ਵੇਲੇ ਅੱਖ ਰੱਖ ਸਕਦੇ ਹੋ ਇੱਕ ਹੋਰ ਵੀ ਆ ਕਿ ਹੁਣ ਮੁਲਾਕਾਤੀ ਤੇ ਕੈਦੀ ਦੇ ਵਿਚਕਾਰ ਇੱਕ ਜਾਲੀ ਲਾਤੀ ਬੜੀ ਸੰਘਣੀ ਕਣੀ ਜਾਲੀ ਹੁੰਦੀ ਆ ਲੋਹੇ ਦੀ ਉੱਥੋਂ ਦਾ ਕੁਝ ਕੁਝ ਵੀ ਫੜਾ ਨਹੀਂ ਸਕਦੇ ਸੋ ਇਹਦਾ ਮਤਲਬ ਇਹ ਹੋਇਆ ਕਿ ਜੇਲ ਸਟਾਫ ਜਿਹੜਾ ਆ ਉਹਦੀ ਸਮੂਲੀਅਤ ਤੋਂ ਬਿਨਾਂ ਕੁਝ ਵੀ ਅੰਦਰ ਨਹੀਂ ਜਾ ਸਕਦਾ ਹੁਣ ਮੈਂ ਮੰਮਤਾ ਜੀ ਤੁਹਾਨੂੰ ਬੜੀ ਇੰਟਰਸਟਿੰਗ ਕਹਾਣੀ ਸੁਣਾਉਂਦਾ ਕਿ ਮੈਂ ਬੜੈਲ ਜੇਲ ਵਿੱਚ 12-13 ਸਾਲ ਲਗਾਤਾਰ ਗਿਆ ਬੈਂਸਿੰਗ ਮਰਡਰ ਕੇਸ ਕਵਰ ਕਰਨ ਲਈ ਮੈਂ ਉੱਥੇ ਜਿਹੜੇ ਜਗਤਾਰ ਸਿੰਘ ਵਾਰਾ ਰਾਜੋਗਣਾ ਸਾਰੇ ਜਿਹੜੇ ਆਪਣੇ ਉਹਨਾਂ ਨੂੰ ਮਿਲਦਾ ਵੀ ਰਿਹਾ ਤੁਸੀਂ ਹੈਰਾਨ ਹੋਵੋਗੇ ਕਿ ਉੱਥੇ ਜਿਹੜੇ ਉਹ ਇਹ ਗੱਲ 95 96 97 ਜਾਂ 2000 ਦੀ ਕਹਿ ਲਈਏ 80 ਬਾਰਡਰ ਨੂੰ ਜੀ ਜਿਹੜਾ ਜੇਲ੍ਹ ਦੇ ਬਾਰਡਰ ਹੁੰਦੇ ਆ ਬਾਰਡਰ ਜਿਹੜੇ ਹੁੰਦੇ ਬਾਹਰ ਖੜੇ ਹੁੰਦੇ ਆ ਜੀ ਅਸੀਂ ਉਹਨਾਂ ਨੂੰ ਬਹੁਤ ਵਾਰੀ 50 ਰੁਪਏ ਦੇ ਦੇਣਾ ਕਿ ਤੂੰ ਐ ਕਰਨਾ ਅੰਦਰੋਂ ਕੈਦੀ ਦੀ ਚਿੱਠੀ ਫੜ ਲੈ ਜੀ ਮਤਲਬ ਜੇ ਇੱਕ ਬਾਰਡਰ 50 ਰੁਪਏ ਨੂੰ ਵੇਚਦਾ ਰਿਹਾ ਜੀ 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 ਹਨਾ ਜਾਂ ਅਸੀਂ ਕੋਈ ਕਿਸੇ ਅੰਦਰੋਂ ਕੋਈ ਕੋਈ ਸੂਹ ਲੈਣੀ ਆ ਤਾਂ ਤੁਸੀਂ ਨਿੱਕੀ ਮੋਟੀ ਜਿਹੜੀ ਆ ਬਾਰਡਰਾਂ ਨੂੰ ਲਾਲਚ ਦੇ ਦਿਓ ਤਾਂ ਤੁਹਾਨੂੰ ਸਾਰੇ ਅੰਦਰਲੀ ਖਬਰ ਜਿਹੜੀ ਆ ਸੁ ਦੇਣ ਦਾ ਆ ਸੁ ਖਬਰਾਂ ਜੇ ਮਤਲਬ ਇਹਦਾ ਇਹ ਹੈ ਕਿ ਜੇ ਇੱਕ ਬਾਰਡਰ ਨੂੰ 195 ਵਿੱਚ 50 ਰੁਪਏ ਨੂੰ ਵਿਕਦਾ ਰਿਹਾ ਕਹਣੋ 500 ਰੁਪਏ ਖਜੂਗਾ ਜੀ ਸੋ ਇਸ ਕਰਕੇ ਕੈਂਦਕ ਹੁੰਦੇ ਨੇ ਲੋਕਿਆ ਜਿਹਨੇ ਪੈਸੇ ਵਾਲੇ ਆ ਜਿਹੇ ਗੈਂਗਸਟਰ ਆ ਜਿੰਨوں ਕੋਈ ਪੈਸੇ ਦਾ ਅੰਤ ਕੋਈ ਨਹੀਂ ਹੈਗਾ ਜਾਂ ਜਿਹੜੇ ਬਦਮਾਸ਼ ਆ ਅਪਰਾਧੀ ਬੇਟੀ ਜਿਹੇ ਲੋਕ ਆ ਉਹਨਾਂ ਕੋ ਪੈਸਾ ਬਹੁਤ ਹੁੰਦਾ ਜੀ ਸੋ ਪੈਸੇ ਦੇ ਲਾਲਚ ਨਾਲ ਉਹ ਕੁਝ ਵੀ ਜਿਹੜਾ ਅੰਦਰ ਆ ਉਹ ਬਾਹਰ ਆ ਉਹ ਭੇਜਦੇ ਰਹਿੰਦੇ ਆ ਤੇ ਇੱਕ ਮੇਰੇ ਜ਼ਹਿਨ ਦੇ ਵਿੱਚ ਆ ਰਿਹਾ ਜਦੋਂ ਪ੍ਰਿਤਪਾਲ ਬਰਖਾਸ ਜਿਹੜਾ ਐਸਆਈਸੀ ਦੀਪਕ ਟਿੰਨ ਨੂੰ ਪਹੁੰਚਾਇਆ ਗਿਆ ਸੀ ਇਹ ਬਾਅਦ ਵਿੱਚ ਵੀ ਇਹ ਵੀ ਖਬਰਾਂ ਆ ਰਹੀਆਂ ਸੀ ਭਈ ਉਹਨੂੰ ਪਹਿਲਾਂ ਸ਼ਾਪਿੰਗ ਕਰਵਾਈ ਜਾਂਦੀ ਹੈ ਫਿਰ ਦੀਪਕ ਟਿੰਨ ਦੀ ਜਿਹੜੀ ਗਰਲਫ੍ਰੈਂਡ ਹੈ ਉਸਨੂੰ ਵੀ ਸ਼ਾਪਿੰਗ ਕਰਵਾਈ ਜਾਂਦੀ ਜਣੀ ਪ੍ਰੇਤਪਾਲ ਨੂੰ ਕਿਤੇ ਨਾ ਕਿਤੇ ਜਿਹੜਾ ਪੈਸੇ ਦਾ ਲਾਲਚ ਜਿਹੜਾ ਇਹ ਖਬਰਾਂ ਜੋ ਕੀ ਨਿਕਲ ਕੇ ਸਾਹਮਣੇ ਆਈਆਂ ਸੀ ਉਹ ਲਾਈਫ ਕਲਬ ਵਿੱਚ ਰੱਖਿਆ ਜਾਂਦਾ ਹੈ ਚੰਡੀਗੜ੍ਹ 호텔 ਤਾਂ ਇਹਦਾ ਸਾਰਾ ਕੁਝ ਸਾਰਾ ਕੁਝ ਹੈ ਜੀ ਇਹ ਕੁਝ ਤੁਸੀਂ ਮੈਂ ਬਹੁਤ ਪਾਰੀ ਹੈਰਾਨ ਹੁੰਦਾ ਹੁੰਦਾ ਕਿ ਜੇ ਤੁਸੀਂ ਜਿਹੜਾ ਸੀਆਈਏ ਸਟਾਫ ਦਾ ਐਸਐਚਓ ਆ ਤੁਸੀਂ ਉਹਨੂੰ ਮਤਲਬ ਕਿ ਪੈਸੇ ਨਾਲ ਪੱਟ ਸਕਦੇ ਹੋ ਤਾਂ ਸੀ ਇਹ ਸਟਾਫ ਦਾ ਫਿਰ ਕਿਹੜਾ ਉਹ ਇਨਕੁਆਰੀ ਕਰ ਸਕਦਾ ਕਿਹੜਾ ਇਹਨਾਂ ਨੂੰ ਬੁਲਵਾ ਸਕਦਾ ਕਿਹੜਾ ਟੌਰਚਰ ਕਰ ਸਕਦਾ ਉਹ ਤਾਂ ਉਹੀ ਗੱਲ ਹੋ ਗਈ ਕਿ ਜਿਹੜਾ ਆ ਪਟਾ ਕੰਧ 'ਚ ਮਾਰਦਾ ਉਹ ਤੇ ਬਾਹਰ ਸ਼ੋਅੇ ਕਰੋ ਕਿ ਪਟਾ ਮੈਂ ਜਿਹੜਾ ਆ ਉਹ ਮੁਲਜ਼ਮ ਦੇ ਮਾਰਿਆ ਪਰ ਸਾਰਾ ਕੁਝ ਜਿਹੜਾ ਹੈ ਖੜਾਕਾ ਆ ਬਾਹਰ ਪੈਸੇ ਦੇ ਲੈਣ ਦੇਣ ਲਈ ਹੁੰਦਾ ਹੋ ਰਿਹਾ ਜੀ ਗੱਲ ਆਪਾਂ ਕਰ ਰਹੇ ਆਂ ਕ੍ਰਾਈਮ ਦੀ ਸੋ ਕ੍ਰਾਈਮ ਤੇ ਵਿੱਚ ਜਿਹੜਾ ਆ ਉਹ ਕਿਤੇ ਨਾ ਕਿਤੇ ਪੰਜਾਬ ਦੇ ਵਿੱਚ ਸਿਆਸਤ ਵੀ ਬਹੁਤ ਜ਼ਰੂਰੀ ਆ ਹੁਣ ਜਦੋਂ ਤੋਂ ਸੂਬੇ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਉਦੋਂ ਤੋਂ ਵਿਜੀਲੈਂਸ ਦੀ ਜਿਹੜੀ ਕਾਰਵਾਈ ਆ ਉਹ ਕੁਝ ਵੱਖਰੇ ਤਰੀਕੇ ਦੇ ਨਾਲ ਦਿਖ ਰਹੀ ਹੈ ਤੇ ਕਹਿ ਸਕਦੇ ਆ ਕਿ ਵਿਜੀਲੈਂਸ ਜਿਹੜੀ ਆ ਪੂਰੀ ਤਰ੍ਹਾਂ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੀ ਹੈ ਸੋ ਐਕਸ਼ਨ ਮੋਡ ਦੇ ਚੱਲਦਿਆਂ ਤਕਰੀਬਨ ਜਿਹੜੇ ਆ ਡੇ ਬਾਏ ਡੇ ਡੇ ਬਾਏ ਡੇ

ਭਗਵਾਨ ਸਿੰਘ ਮਾਨ ਦੇ ਉਹ ਬੋਲ ਹ ਘੁੰਮਦੇ ਹੁੰਦੇ ਆ ਜੀ ਜਿਹਦੇ ਵਿੱਚ ਉਹਨਾਂ ਨੇ ਇੱਕ ਵਾਰੀ ਭਾਸ਼ਣ ਦੇਣ ਦਾ ਕਿਹਾ ਸੀ ਕਿ ਮੈਂ ਸ਼ਵਾਲਕ ਦੀਆਂ ਪਹਾੜੀਆਂ ਚੋਂ ਪੈਸਾ ਕੱਢ ਕੇ ਲਿਆਉਂਗਾ ਜੀ 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 ਤੇ ਮੈਂ ਭ੍ਰਸ਼ਟਾਗੂ ਚਾਹੇ ਉਹ ਕਾਂਗਰਸ ਹੋਣ ਚਾਹੇ ਅਕਾਲੀ ਹੋਣ ਉਹਨਾਂ ਦੀਆਂ ਜੇਬਾਂ ਚੋਂ ਪੈਸਾ ਕਢਵਾ ਕੇ ਮੈਂ ਖਜ਼ਾਨਾ ਭਰੂੰਗਾ ਤੇ ਖਜ਼ਾਨੇ ਦਾ ਪੈਸਾ ਜਿਹੜਾ ਆ ਉਹ ਲੋਕਾਂ ਤੱਕ ਪਹੁੰਚੂਗਾ ਜੀ ਜੀ ਭਗਵਾਨ ਸਿੰਘ ਮਾਨ ਨੇ ਆਪਾਂ ਇਹ ਕਹਿਣਾ ਪਊਗਾ ਕਿ ਉਹ ਦਬ ਦਾ ਦੁਬ ਦਾ ਤਾਂ ਹੈ ਨਹੀਂਗਾ ਜੀ ਜੀ ਚਾਵੇਂ ਜਿਵੇਂ ਤੁਸੀਂ ਤਿੰਨ ਚਾਰ ਨਾਂ ਲੈ ਆ ਉਹਨਾਂ ਦੀ ਗੱਲ ਕਰ ਲਈਏ ਚਾਹੇ ਆਪਾਂ ਗੱਲ ਕਰ ਲਈਏ ਹੁਸ਼ਿਆਰਪੁਰ ਵਾਲੇ ਜਿਹੜੇ ਸਨਿਤ ਮੰਤਰੀ ਸੋਹਣਾਂ ਦੀ ਗੱਲ ਕਰ ਲਈਏ ਤੇ ਹੁਣ ਚਾਹੇ ਗੱਲ ਕਰ ਲਈਏ ਫਿਰ ਵਿਜੇਂਦਰ ਸਿੰਘਲਾ ਉਹਦੀ ਆਪਣੀ ਪਾਰਟੀ ਦਾ ਫੌਜਦ ਸਿੰਘ ਸਰਾਰੀ ਹੋ ਗਿਆ ਜਾਂ ਅਮਤ ਜਿਹੜਾ ਵਿਧਾਇਕ ਹੁਣੇ ਫੜਿਆ ਕਢਣ ਉਹਦੀ ਗੱਲ ਕਰ ਲਈਏ ਇਹ ਜਿਹੜੀ ਮੁਹਿੰਮ ਆ ਇਹ ਲਗਾਤਾਰ ਚੱਲ ਰਹੀ ਆ ਇੱਕ ਗੱਲ ਇਹ ਦੂਜੀ ਗੱਲ ਇਹ ਕਿ ਮਦਨ ਲਾਲ ਜਲਾਲਪੁਰਾ ਜਾਂ ਜਿਹੜੇ ਸਾਰੇ ਲੋਕ ਆ ਇਹ ਪਹਿਲਾਂ ਬਚਦੇ ਰਹੇ ਆ ਤੁਹਾਡੇ ਧਿਆਨ ਚ ਹੋਣਾ ਕਿ ਜਦੋਂ ਤਰਨਤਾਰਨ ਜ਼ਿਲ੍ਹੇ ਵਿੱਚ ਸਰਹੰਦੀ ਜ਼ਿਲ੍ਹੇ ਵਿੱਚ ਸ਼ਰਾਬ ਪੀਣ 126 ਮੋਤਾਂ ਹੋ ਜਾਂ ਸੀਗੀਆਂ ਜੀ 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 ਕੈਪਟਨ ਬਿੰਦਰੀ ਸਰਕਾਰ ਵੇਲੇ ਤਾਂ ਇਹ ਗੱਲ ਚੱਲਦੀ ਸੀ ਕਿ ਪਟਿਆਲਾ ਜਿਹੜਾ ਇੱਕ ਨਕਲੀ ਸ਼ਰਾਬ ਦੀ ਫੈਕਟਰੀ ਚੱਲਦੀ ਆ ਜੀ ਔਰ ਉਸ ਫੈਕਟਰੀ ਦੇ ਜਿਹੜਾ ਨਾਲ ਨਾਂ ਜੁੜਿਆ ਸੀਗਾ ਉੱਥੋਂ ਦੇ ਦੋ ਵਿਧਾਇਕਾਂ ਦਾ ਜੁੜਿਆ ਸੀਗਾ ਜੀ ਜੀ ਉਹ ਦੋ ਵਿਧਾਇਕ ਕਿਹੜੇ ਸੀਗੇ ਇਹ ਸਭ ਨੂੰ ਪਤਾ ਆ ਸੋ ਜੇ ਉਸ ਵੇਲੇ ਉਹ ਬਚਦੇ ਰਹੇ ਆ ਤਾਂ ਇਸ ਵੇਲੇ ਭਗਵੰਤ ਮਾਨ ਨੇ ਕੜਕੀ ਚ ਲੈ ਲਏ ਹੁਣ ਇਹ ਹੋਇਆ ਸੀਗਾ ਕਿ ਜਿਹੜਾ ਸ਼ੰਭੂ ਬਲਾਕ ਆ ਨਾ ਜੀ ਜੀ ਉੱਥੇ 1103 ਇੱਕ ਜਿਹੜੀ ਜ਼ਮੀਨ ਆ ਉਹ ਐਕਵਾਇਰ ਕੀਤੀ ਗਈ ਸੀ ਜੀ ਉਹ ਜਿਹੜੀ ਐਕਵਾਇਰ ਕੀਤੀ ਜ਼ਮੀਨ ਆ ਉਹਦਾ ਪੈਸਾ ਵੰਡਿਆ ਗਿਆ ਸੀਗਾ ਉਹ ਜਿਹੜਾ ਪੈਸਾ ਵੰਡਿਆ ਗਿਆ ਸੀ ਨਾ ਜੀ ਉਹ ਚ ਜਿਹੜਾ ਆ ਹੇਰਾ ਫੇਰੀ ਜਿਹੜੀ ਆ ਹੋ ਉਹ ਕਰ ਲਈ ਇਹਨਾਂ ਨੇ ਜਲਾਲਪੁਰ ਉਹਨਾਂ ਨੇ ਜਿਹਦਾ ਨਾਮ ਬੋਲਦਾ ਆ ਪਰ ਮੈਂ ਦੱਸਦਾ ਕਿ ਕੇਸ ਨਵਾਂ ਨਹੀਂ ਹੈ ਪੁਰਾਣਾ ਕੇਸਿਆ ਦੇ ਵਿੱਚ ਕਈ ਸਾਰੀਆਂ ਗ੍ਰਿਫਤਾਰੀਆਂ ਹੋ ਚੁੱਕੀਆਂ ਤੁਹਾਡੇ ਧਿਆਨ ਚ ਹੋਣਾ ਕਿ ਉੱਥੋਂ ਹੋਰ ਕਾਂਗਰਸੀ ਲੀਡਰ ਨੇ ਹਰਦਿਆਲ ਸਿੰਘ ਗੰਬੋਜ ਜਿਹੜੇ ਉੱਥੋਂ ਐਮਐਲਏ ਰਹੇ ਆ ਤੇ ਇਹਨਾਂ ਦੇ ਕੁੜਮ ਸਾਹਿਬ ਵੀ ਆ ਜਲਾਲਪੁਰ ਦੇ ਉਹ ਵੀ ਪਿੱਛੇ ਜਾ ਕੇ ਫਸ ਗਏ ਸੀ ਕਿ ਉਹਨਾਂ ਕਰਕੇ ਇੱਕ ਪੱਤਰਕਾਰ ਨੇ ਹੱਤਿਆ ਕਰ ਲਈ ਸੀ ਪਰ ਉਹਨਾਂ ਨੂੰ ਹਾਈ ਕੋਰਟ ਚ ਜਮਾਨਤ ਮਿਲ ਗਈ ਜੀ ਹੁਣ ਤੁਹਾਡੇ ਇੱਕ ਹੋਰ ਮੈਂ ਧਿਆਨ ਚ ਲਿਆਉਣਾ ਕਿ ਸਾਡੇ ਸੂਤਰੇ ਵੀ ਕਹਿੰਦੇ ਆ ਕਿ ਚੀਫ ਪਾਰਲੀਮੈਂਟਰੀ ਸੈਕਟਰੀ ਐਨ ਕੇ ਸ਼ਰਮਾ ਜਿਹੜੇ ਅਕਾਲੀ ਸਰਕਾਰ ਵੇਲੇ ਰਹੇ ਆ ਤੇ ਹੁਣ ਵਿਧਾਇਕ ਦੀ ਕਈ ਸਾਲਾਂ ਬਾਅਦ ਚੋਣ ਹਾਰੇ ਆ ਉਹਨਾਂ ਉੱਤੇ ਵੀ ਜਿਹੜਾ ਆ ਵਿਜੀਲੈਂਸ ਦਾ ਰਡਾਰ ਜਿਹੜਾ ਆ ਉਹ ਲੱਗ ਚੁੱਕਾ ਕੱਲਾਪਾ ਪੰਜਾਬ ਦੇ ਹਾਲਾਤਾਂ ਦੀ ਕਰ ਰਹੇ ਆ ਤੇ ਹੁਣ ਜਿਹੜਾ ਅੰਮ੍ਰਿਤਪਾਲ ਆ ਉਹ ਵੱਖਰੇ ਤਰੀਕੇ ਦੀ ਕੜੀ ਜਿਹੜਾ ਜੁੜ ਗਿਆ ਹੈ ਪੰਜਾਬ ਦੇ ਇਹਨਾਂ ਹਰ ਹਾਲਾਤਾਂ ਦੇ ਵਿੱਚ ਹੁਣ ਅੰਮ੍ਰਿਤਪਾਲ ਨੂੰ ਲੈ ਕੇ ਜਿੱਥੇ ਵਿਰੋਧ ਪ੍ਰਦਰਸ਼ਨ ਕੀਤੇ ਜਾ ਰਹੇ ਨੇ ਉੱਥੇ ਹੀ ਕਾਂਗਰਸ ਦਾ ਜਿਹੜਾ ਆਇਆ ਸੜਕਾਂ ਤੇ ਉਤਰਨ ਦੀ ਗੱਲ ਕਰ ਰਹੀ ਹੈ ਤਾਂ ਸੀਐਮ ਰਿਹਾਈਸ਼ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਹਿ ਸਕਦੇ ਆ ਤਕਰੀਬਨ ਚਾਰੇ ਪਾਸਿਓਂ ਹੀ ਜਿਹੜਾ ਆ ਅੰਮ੍ਰਿਤਪਾਲ ਦਾ ਵਿਰੋਧ ਹੋ ਰਿਹਾ ਤਾਂ ਅੰਮ੍ਰਿਤਪਾਲ ਹੁਣ ਸੂਬੇ ਦੇ ਵਿੱਚ ਇੱਕ ਅਹਿਮ ਕੜੀ ਬਣ ਚੁੱਕਾ ਆ ਆਪਾਂ ਕਿਸ ਨਜ਼ਰੀਏ ਦੇ ਨਾਲ ਇਸ ਨੂੰ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਲਿਆ ਜਾ ਸਕਦਾ ਹੈ ਦੇਖੋ ਮੰਤਜੀ ਜਦੋਂ ਤੁਸੀਂ ਅਮਰਪਾਲ ਦੀ ਗੱਲ ਕਰਦੇ ਹੋ ਜਿਹੜਾ ਜੋ ਕੁਝ ਨਾਲੇ ਵਾਪਰਿਆ ਉਹਦੀ ਗੱਲ ਕਰਦੇ ਹੋ ਤਦ ਮੇਰਾ ਧਿਆਨ ਜਿਹੜਾ ਆ ਉਹ ਚਲ ਜਾਂਦਾ ਉਸ ਪੁਰਾਣੇ ਦਹਾਕੇ ਵੱਲ ਜਦੋਂ 1978 ਵਿੱਚ ਅਪ੍ਰੈਲ ਬਸਾਖੀ ਦੇ ਦਿਨ ਅੰਮ੍ਰਿਤਸਰ 'ਚ ਗੋਲੀ ਚੱਲੀ ਸੀ ਜਦੋਂ ਨਿਰੰਕਾਰੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਜਿਹੜਾ ਪ੍ਰਕਾਸ਼ ਆ ਉਹ ਥੱਲੇ ਕਰਤਾ ਸੀ ਕਹਿ ਲਈਏ ਜਾਂ ਗੁਰੂ ਗ੍ਰੰਥ ਸਾਹਿਬ ਦੇ ਪ੍ਰਕਾਸ਼ ਦੇ ਬਰਾਬਰ ਉੱਥੋਂ ਜਿਹੜਾ ਆਪਣਾ ਨੂੰ ਗੁਰੂ ਆ ਬਿਠਾ ਦਿੱਤਾ ਸੀਗਾ ਉਹਨੂੰ ਲੈ ਕੇ ਗੋਲੀ ਚੱਲੀ ਸੀ 13 ਸਿੰਘ ਸ਼ਹੀਦ ਹੋ ਗਏ ਸੀ ਉਸ ਤੋਂ ਬਾਅਦ ਹਾਲਾਤ ਜਿਹੜੇ ਉਹ ਲਗਾਤਾਰ ਟੱਡੇ ਹੁੰਦੇ ਗਏ ਉਦੋਂ ਵੀ ਇੱਕ ਜਿਹੜਾ ਖੜਕੂ ਬਾਸਗਣਾ ਜੀ ਉਹ ਵੀ ਇੱਕ ਸਮਾਜ ਸੁਧਾਰਕ ਲਹਿਰ ਦੇ ਨਾਂ ਤੇ ਚੱਲਿਆ ਸੀਗਾ ਤੁਹਾਡੇ ਧਿਆਨ ਚ ਹੋਣਾ ਸ਼ਾਇਦ ਤੁਸੀਂ ਉਦੋਂ ਜਾਂ ਪੜ੍ਹਿਆ ਹੋਵੇ ਕਿ ਉਦੋਂ ਇਹ ਕਰਤਾ ਸੀਗਾ ਕਿ ਲੜਕੀਆਂ ਜੀ ਨਹੀਂ ਪਾ ਸਕਦੀਆਂ ਜੀ ਪਤਨ ਪੁਣਾ ਨਹੀਂ ਕਰ ਸਕਦੇ ਬੜਾ ਕੁਝ ਸੁਧਾਰ ਦੇ ਨਾਂ ਹੇਠਾਂ ਸ਼ੁਰੂ ਹੋਇਆ ਸੀਗਾ ਹੁਣ ਵੀ ਅਮਰਤਪਾਲ ਜਿਹੜਾ ਆ ਉਹ ਸੁਧਾਰ ਦੇ ਨਾਂ ਤੇ ਹੀ ਕਹਿ ਰਿਹਾ ਉਹ ਵੀ ਕਹਿ ਰਿਹਾ ਕਿ ਮੈਂ ਸਿੱਖੀ ਦਾ ਪ੍ਰਚਾਰ ਕਰਦਾ ਮੈਂ ਅਮਰਤ ਛਕਾਉਂਦਾ ਜਾਂ ਉਹਨੇ ਗੁਰਦਵਾਰਜ ਕੋਸ਼ੀਆਂ ਕਢਾਉਣ ਲੱਗ ਗਿਆ ਸੀਗਾ ਸੋ ਦੋਨਾਂ ਦਾ ਜਿਹੜਾ ਨਾ ਰੂਪਰੇਖਾ ਹੈ ਔਰ ਹਾਲ ਦੀ ਮਿਲਦੀ ਆ ਪਰ ਮੈਂ ਹੈਰਾਨ ਇਸ ਗੱਲ ਤੇ ਆ ਕਿ ਅਸੀਂ ਅਮਰਤਪਾਲ ਕੀ ਕਰ ਰਿਹਾ ਉਹ ਵਿਰੋਧ ਕਰ ਰਿਹਾ ਸੈਪਟ ਕਰ ਰਿਹਾ ਇਹ ਤੋਂ ਅੱਗੇ ਅਸੀਂ ਕਦੇ ਨਹੀਂ ਤੁਰੇ ਸਰਕਾਰ ਨੇ ਕਦੇ ਨਹੀਂ ਸੋਚਿਆ ਕਿ ਇੱਕ ਬੰਦਾ ਖੜੇ ਪੈਰੀ ਆ ਕੇ ਐਡਾ ਪਪੂਲਰ ਹੋ ਜਾਂਦਾ ਜੀ ਉਹਨੂੰ ਇੰਨੇ ਗਨਮੈਨ ਕਿੱਥੋਂ ਮਿਲਦੇ ਆ ਉਹ ਲੋਕ ਜਿਹੜਿਆਂ ਨੇ ਕਿੱਥੋਂ ਜੁੜਦੇ ਆ ਇਹ ਕਦੇ ਕਿਸੇ ਨੇ ਸੋਚਿਆ ਹੀ ਨਹੀਂਗਾ ਜੇ ਆਪਾਂ ਸੰਤ ਪਿੰਡਰਾਵਾਲੇ ਦੀ ਗੱਲ ਕਰ ਲਈ ਸੰਤ ਪਿੰਡਰਾਵਾਲੇ ਨੂੰ ਬਹੁਤ ਚਿਰ ਪਹਿਲਾਂ ਕਮਾਈ ਕਰਨੀ ਪਈ ਸੀ ਤਾਂ ਉਹਦਾ ਕਦ ਬਹੁਤ ਤੋੜਾ ਬਣਿਆ ਸੀਗਾ ਹਾਂ ਇੱਕ ਇਹ ਵੀ ਗੱਲ ਕਹਿ ਦਈਏ ਕਿ ਆਪਾਂ ਕਹਿ ਰਹੇ ਹਾਂ ਜਾਂ ਲੋਕ ਕਹਿ ਦਿੰਦੇ ਆ ਕਿ ਪਿੰਡਰਾਵਾਲੇ ਨੂੰ ਕਾਂਗਰਸ ਦਾ ਪੈਦਾਵਾਰ ਸੀ ਜੀ ਕਣ ਪਿੰਡਰਾਵਾਲੇ ਤੇ ਇਹਨੂੰ ਲਿਆ ਕੇ ਭਾਜਪਾ ਨੇ ਖੜਾ ਦਿੱਤਾ ਹੁਣ ਚਾਹੇ ਭਾਜਪਾ ਤੇ ਅਮਰਪਾਲ ਦੋਨੇ ਆ ਮੇਣੋ ਮੇਣੀ ਹੋ ਰਹੇ ਆ ਅਮਰਪਾਲ ਹੁਣੀ ਕਹਿੰਦੇ ਆ ਕਿ ਮੈਂ ਖਾਲਸਾਣ ਦੀ ਗੱਲ ਕਰਦੇ ਆ ਤੇ ਅਮਿਤ ਸ਼ਾਹ ਕਹਿੰਦੇ ਆ ਮੈਂ ਖਾਲਸਾਣ ਨੂੰ ਸਿਰਨੀ ਚੁਕਣ ਦਊਂਗਾ ਸੋ ਇਹ ਕਈ ਜੇ ਤੁਸੀਂ ਇੱਕ ਪੰਜਾਬ ਦੀ ਕਿਸਮਤ ਬਾਰੇ ਦੇਖੋ ਜੀ ਪੰਜਾਬ ਦੀ ਕਿਸਮਤ ਜਿਹੜੀ ਆ ਹਰ 40 30 ਸਾਲਾਂ ਬਾਅਦ ਉਹ ਨਜ਼ਰ ਲੱਗਦੀ ਆ ਆਪਾਂ ਗੱਲ ਕਰ ਲਈਏ ਕਿ 1947 ਦੀ ਜਦੋਂ ਭਾਰਤ ਪਾਕਿਸਤਾਨ ਵੰਡਿਆ ਗਿਆ ਸੀਗਾ ਤਾਂ ਸਭ ਤੋਂ ਵੱਡਾ ਜਿਹੜਾ ਸੰਤਾਵਾ ਪੰਜਾਬ ਨੇ ਭੁਗਿਆ ਤੇ 30 35 ਸਾਲਾਂ ਬਾਅਦ ਮੁੜ ਕੇ ਜਿਹੜਾ ਕਾਲੇ ਦੌਰ ਚੱਲਾ ਗਿਆ ਖੜਕੂ ਬਾਅਦ ਤੇ ਹੁਣ ਉਸੇ ਹੀ ਫੇਰ 1984 ਨੂੰ 30 40 35 ਸਾਲ ਫਿਰ ਹੋ ਗਏ ਪੰਜਾਬ ਫਿਰ ਉਸ ਪਾਸੇ ਨੂੰ ਤੁਰ ਪਿਆ ਸੋ ਇਹ ਜਿਹੜੀ ਮਨ ਨੂੰ ਲੱਗਦਾ ਕਿ ਇਹ ਜਿਹੜਾ ਪੰਜਾਬ ਆ ਜਿਹੜਾ ਅਣਖੀ ਵੀ ਆ ਜਿਹੜਾ ਇੱਕ ਢੱਕੇ ਲੜ ਖੜ ਵੀ ਜਾਂਦਾ ਆ ਜਿਹੜਾ ਪੂਰੇ ਮੁਖਲੇ ਢਾਲ ਵੀ ਬਣਦਾ ਆ ਪਰ ਇਹ ਤੇ ਹਰ ਤਿੰਨ ਦਾਰ ਦੇ ਹੱਕਿਆਂ ਬਾਅਦ ਕੋਈ ਨਾ ਕੋਈ ਜਿਹੜੀ ਆ ਅਜਿਹੀ ਨਜ਼ਰ ਲੱਗਦੀ ਆ ਕਿ ਹਾਲਾਤ ਜਿਹੜੇ ਆ ਉਹ ਅਨਸਖਾਵੇਂ ਹੋਣ ਲੱਗ ਪੰਦੇ ਆ ਚਾਹੇ ਪੰਜਾਬੀ ਜਿਹੜੇ ਆ ਉਹ ਬਿਲਕੁਲ ਨਹੀਂ ਚਾਹੁੰਦੇ ਹੈਗੇ ਮੈਨੂੰ ਐ ਵੀ ਲੱਗਦਾ ਕਿ ਪੰਜਾਬੀਆਂ ਨੂੰ ਜਿਹੜਾ ਆ ਉਹ ਆਪਸੀ ਭਾਈਚਾਰੇ ਵੱਲ ਇੱਕ ਦੂਜੇ ਵੱਲ ਜਿਹੜਾ ਸਹਿਯੋਗ ਦੇ ਨਹੀਂ ਲੋੜਿਆ ਨਾ ਕਿ ਅਸੀਂ ਕਿਸੇ ਵੀ ਧਿਰ ਵਿੱਚ ਜਿਹੜੇ ਵੰਡ ਜਾਈਏ ਜਾਂ ਉਹ ਅਮਰਪਾਲ ਹੋਵੇ ਜਾਂ ਉਹ ਸੈਂਟਰ ਸਰਕਾਰ ਹੋਵੇ ਜਾਂ ਇਹ ਵੀ ਕਿਹਾ ਜਾਂਦਾ ਕਿ ਜਿਹੜੀ ਬੀਜੇਪੀ ਦੀ ਸਰਕਾਰ ਆ ਉਹ ਪੰਜਾਬ ਸਰਕਾਰ ਨੂੰ ਫੇਲ ਕਰਨ ਦੀ ਜੇ ਚੱਲਣਾ ਚੱਲਦੀ ਆ ਸੋ ਇਹ ساری ਸਿਆਸ ਤੇ ਆ ਪਰ ਲੋੜ ਇਹ ਹੈ ਕਿ ਅਸੀਂ ਨਾਲ ਮਿਲ ਕੇ ਜਿਹੜਾ ਆ ਰਹੀਏ ਪੰਜਾਬ ਦੇ ਹਾਲਾਤਾਂ ਦੀ ਗੱਲ ਕਰ ਰਹੇ ਹਾਂ ਤੇ ਇੱਕ ਮੈਂ ਇਥੇ ਆਖਰੀ ਜਿਹੜਾ ਜ਼ਿਕਰ ਕਰਨਾ ਚਾਹਾਂਗੀ ਫ੍ਰੀ ਵਸਾ ਦੇ ਸਫਰ ਨੂੰ ਲੈ ਕੇ ਜੀ ਜੀ ਹੁਣ April ਦੇ ਵਿੱਚ ਜਦੋਂ ਕੈਪਟਨ ਅਮਿੰਦਰ ਸਿੰਘ ਦੀ ਸਰਕਾਰ ਹੁੰਦੀ ਹੈ ਤੇ ਕੈਪਟਨ ਅਮਿੰਦਰ ਸਿੰਘ ਦੇ ਵੱਲੋਂ ਐਲਾਨ ਕੀਤਾ ਜਾਂਦਾ ਹੈ ਕਿ ਮਹਿਲਾਵਾਂ ਦੇ ਲਈ ਫ੍ਰੀ ਬੱਸ ਸੇਵਾ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਉਸ ਤੋਂ ਬਾਅਦ ਬਨਵੈਤ ਜੀ ਅਜਿਹੇ ਹਾਲਾਤ ਹੁੰਦੇ ਨੇ ਭਈ ਇਹ ਵੀ ਖਬਰ ਸਾਹਮਣੇ ਆਈ ਭਈ ਇੱਕ ਜਿਹੜੀ ਲੇਡੀ ਆ ਉਹ ਬਠਿੰਡੇ ਤੋਂ ਚੰਡੀਗੜ੍ਹ ਆਂਦੀ ਆ ਚੰਡੀਗੜ੍ਹੋਂ ਆਉਂਦੀ ਆ ਕਿਸ ਕੰਮ ਲਈ ਸਿਰਫ ਆਪਣੀ ਚੁੰਨੀ ਰੰਗਾਉਣ ਦੇ ਲਈ ਬੜੀ ਹਾਸੋਹੀਣੀ ਜਈ ਗੱਲ ਲੱਗਦੀ ਹੈ ਚੁੰਨੀ ਰੰਗਾਉਣ ਦੇ ਲਈ ਆਉਂਦੀ ਹੈ ਤੇ ਦੇਖਿਆ ਕਿ ਮੈਂ ਖੁਦ ਵੀ ਜਿਹੜਾ ਸਫਰ ਕਰਦੀ ਸੀ ਚੰਡੀਗੜ ਜਲੰਧਰ ਦਾ ਅਪ ਡਾਊਨ ਮੈਂ ਬਹੁਤ ਕੀਤਾ ਉਹਨਾਂ ਸਮਿਆਂ ਦੇ ਦੌਰਾਨ ਤੇ ਮੈਂ ਦੇਖਦੀ ਸੀ ਕਿ ਕਈ ਵਾਰ ਜਦੋਂ ਸਰਕਾਰੀ ਬੱਸ ਦੇ ਵਿੱਚ ਜਾਣਾ ਹੁੰਦਾ ਸੀ ਤੇ ਉਸ ਸਮੇਂ ਦੌਰਾਨ ਜਿਹੜੀਆਂ ਮਹਿਲਾਵਾਂ ਆ ਉਹ ਬਹੁਤ ਵੱਡੀ ਤਾਦਾਦ ਦੇ ਵਿੱਚ ਜਾਣ ਲੱਗ ਜਾਂਦੀਆਂ ਨੇ ਪਰੀਆਂ ਪਰੀਆਂ ਬੱਸਾਂ ਕਈ ਵਾਰ ਫਿਰ ਜਿਹੜੇ ਰੋਡਵੇਜ਼ ਦੇ ਜਿਹੜੇ ਡਰਾਈਵਰ ਆ ਜਾਂ ਕੰਡਕਟਰ ਆ ਇਹਨਾਂ ਦੇ ਉੱਤੇ ਜਿਹੇ ਵੀ ਇਲਜ਼ਾਮ ਲੱਗਦੇ ਰਹੇ ਕਿ ਇਹ ਜਿਹੜਾ ਮਹਿਲਾਵਾਂ ਨੂੰ ਚੜਾਉਂਦੇ ਨਹੀਂ ਆ ਹੁਣ ਇੱਥੇ ਜਿਹੜਾ ਮੇਰਾ ਸਹੀ ਸਵਾਲ ਆ ਉਹ ਇਹ ਆ ਪਈ ਬਿੱਤੇ ਕੱਲ ਵੀ ਜਿਹੜਾ ਇਸ ਨੂੰ ਲੈ ਕੇ ਚੱਕਾ ਜਾਮ ਕੀਤਾ ਗਿਆ 2 ਘੰਟੇ ਤੋਂ ਉਸ ਤੋਂ ਪਹਿਲਾਂ ਵੀ ਲਗਾਤਾਰ ਕਈ ਵਾਰ ਚੱਕਾ ਚੱਕਾ ਜਾਮ ਹੋਇਆ ਤੇ ਲਗਾਤਾਰ ਇਹ ਉਹ ਲੋਗ ਇਹ ਵਿਲਕਦੇ ਹੋਏ ਨਜ਼ਰ ਆਉਂਦੇ ਨੇ ਪਈ ਰੋਡ ਵਿੱਚ ਜਿਹੜੀ ਘਾਟੇ 'ਚ ਜਾ ਰਹੀ ਹੈ ਜਾਂ ਫਿਰ 올ਓਵਰ ਜੇ ਆਪਾਂ ਕਰਕਸ ਕੱਢ ਲਈਏ ਤਾਂ ਪੰਜਾਬ ਸਰਕਾਰ ਘਾਟੇ 'ਚ ਜਾ ਰਹੀ ਹੈ ਸੋ ਹੁਣ ਫ੍ਰੀ ਜਿਹੜਾ ਆ ਫ੍ਰੀ ਬੱਸ ਸੇਵਾ ਜਿਹੜੀ ਆ ਮਹਿਲਾਵਾਂ ਦੇ ਲਈ ਕਿਤੇ ਨਾ ਕਿਤੇ ਗਲੇ ਦੀ ਹੱਡੀ ਬਣਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਦੇ ਲਈ ਅੱਗੇ ਕੀ ਨਜ਼ਰੀਆ ਰੱਖਿਆ ਜਾ ਸਕਦਾ ਦੇਖੋ ਜਿਹੜੀਆਂ ਪਾਰ ਛਾਸੀ ਪਾਰਟੀਆਂ ਨਾ ਜੀ ਉਹ ਲੋਕਾਂ ਨੂੰ ਵੋਟਰਾਂ ਨੂੰ ਪਰਮਾਉਣ ਲਈ ਸਬਸਿਡੀਆਂ ਦਿੰਦੀਆਂ ਰਹੀਆਂ ਰੇਟਾ ਦਿੰਦੀਆਂ ਰਹੀਆਂ ਸੋ ਇਹ ਜਿਹੜੀ ਇਸ ਤੋਂ ਅੱਗੇ ਚੱਲ ਜਿਵੇਂ ਪ੍ਰਕਾਸ਼ ਸਿੰਘ ਬਾਦਲ ਨੇ ਸਭ ਤੋਂ ਪਹਿਲਾਂ ਬਿਜਲੀ ਸਬਸਿਡੀ ਦਿੱਤੀ ਸੀ ਜੀ ਤੇ ਕੈਪਟਨ ਮੁਰਿੰਦਰ ਸਿੰਘ ਨੇ ਕਰਤਾ ਔਰਤਾਂ ਲਈ ਫਰੀ ਸਫਰ ਤੇ ਉਹੀ ਭਗਵੰਤ ਮਾਨ ਨੇ ਕੰਟੀਨਿਊ ਰੱਖਿਆ ਭਗਵੰਤ ਮਾਨ ਨੇ 300 ਜੂਟ ਬਿਜਲੀ ਫਰੀ ਵੀ ਕਰਤੀ ਹੁਣ ਕਿਹਾ ਜਾਂਦਾ ਕਿ ਅਗਲੇ ਬਜਟ ਵਿੱਚ ਜਿਹੜਾ ਔਰਤਾਂ ਨੂੰ 1000 ਰੁਪਏ ਦੇਣਾ ਉਹ ਵੀ ਦਿੱਤਾ ਜਾ ਰਿਹਾ ਪਰ ਮੰਥ ਪਰ ਜਿਹੜੀ ਤੁਸੀਂ ਗੱਲ ਕੀਤੀ ਆ ਟ੍ਰਾਂਸਪੋਰਟ ਦੀ ਜੀ ਉਹਦੇ ਵਿੱਚ ਇਸ ਵੇਲੇ ਤਿੰਨ ਚਾਰ ਵੱਡੇ ਜਿਹੜੇ ਸਮੱਸਿਆਵਾਂ ਆਈਆਂ ਖੜੀਆਂ ਹੋਈਆਂ ਇੱਕ ਤਾਂ ਜਿਹੜੀ ਕੱਲ 2 ਘੰਟੇ ਲਈ ਚੱਕਾ ਜਾਮ ਕੀਤਾ ਉਹਦੇ ਵਿੱਚ ਇਹ ਆ ਕਿ ਜਿਹੜੇ ਪੀਆਰਟੀਸੀ ਦੇ ਕੰਡਕਟਰ ਡਰਾਈਵਰ ਆ ਉਹਨਾਂ ਨੂੰ ਪਿਛਲੇ ਕਈ ਮਹੀਨੇ ਉਹ ਤਨਖਾਹ ਨਹੀਂ ਮਿਲੀ ਹੈਗੀ ਜੀ ਜੀ ਇਸ ਲਈ ਉਹਨੇ ਰੋਸ ਵਜੋਂ ਚੱਕਾ ਜਾਮ ਕੀਤਾ ਇੱਕ ਦੇਖੋ ਇੱਕ ਪਾਸੇ ਤੁਸੀਂ ਸਵਾਰੀਆਂ ਨੂੰ ਫ੍ਰੀ ਸਫ਼ਰ ਦੀ ਸਹੂਲਤ ਦਿੰਦੇ ਹੋ ਜੀ 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 ਦੂਜੇ ਪਾਸੇ ਜਿਹੜੇ ਸਵਾਰੀਆਂ ਢੋਂਦੇ ਆ ਤੁਸੀਂ ਉਹਨਾਂ ਨੂੰ ਪੇਟ ਭਰ ਲਈ ਪਾਣ ਲਈ ਪੈਸੇ ਵੀ ਨਹੀਂ ਦੇ ਰਹੇ ਇੱਕ ਗਲਤ ਹੈ ਦੂਜੀ ਗੱਲ ਇਹ ਹੈ ਇਸ ਸਟਾਫ ਦੀ ਬਹੁਤ ਘਾਟ ਆ ਸਟਾਫ ਦੀ ਘਾਟ ਕਰਕੇ ਪੰਜਾਬ ਦੇ 16 ਡੀਪੂਆਂ ਦੀਆਂ 538 ਬੱਸਾਂ ਖੜੀਆਂ ਮਤਲਬ 538 ਬੱਸਾਂ ਕਈ 100 ਕਰੋੜਾਂ ਖਰੀਦੀਆਂ ਹੋਈਆਂ ਪੈਸਾ ਤੁਸੀਂ ਇਨਵੈਸਟਮੈਂਟ ਕੀਤੀ ਹੋਈ ਆ ਤੇ ਉਹਨਾਂ ਨੂੰ ਚਲਾਉਣ ਲਈ ਨਾ ਡਰਾਈਵਰ ਨਾ ਕਨੈਕਟਰ ਆ ਇੱਕ ਤਾਂ ਇਹ ਗੱਲ ਹੋ ਗਈ ਜੀ ਇੱਕ ਸਾਡੇ ਕੋਲ ਰਿਪੋਰਟ ਆ ਜੀ ਉਹ ਇਹ ਕਹਿੰਦੀ ਆ ਕਿ ਜਿਹੜੀ ਪਨਵਸਿਆ ਨਾ ਜੀ ਉਹ 116 ਕਰੋੜ 160 ਕਰੋੜ ਦੇ ਘਾਟੇ ਵਿੱਚ ਜਾ ਚੁੱਕੀ ਆ ਜੀ 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 ਪਿਛਲੇ ਸਾਲ 200 ਕਰੋੜ ਦਾ ਘਾਟਾ ਸੀਗਾ ਜਿਹੜਾ ਕੁਝ ਪੈਸੇ ਕਿਸ਼ਤਾਂ ਦੇ ਕੇ ਕਰਤਾ ਹੁਣ 160 ਕਰੋੜ ਦੇ ਘਾਟੇ ਵਿੱਚ ਆ ਤੇ ਆਪਾਂ ਜੇ ਸਰਕਾਰੀ ਬੱਸਾਂ ਦੀ ਕਰ ਲਈਏ ਨਾ ਜੀ ਤਾਂ ਹਰ ਰੋਜ਼ 54 ਲੱਖ ਰੁਪਏ ਦਾ ਘਾਟਾ ਪੈ ਰਿਹਾ ਜੀ ਸੋ ਇੱਕ ਪਾਸੇ ਤੁਸੀਂ ਘਟੇ ਜਾ ਰਹੇ ਹੋ ਫ੍ਰੀ ਸਫਰ ਕਰਾ ਰਹੇ ਹੋ ਦੂਜੇ ਪਾਸੇ ਜਿਹੜੀਆਂ ਤੁਹਾਡੀਆਂ ਹੈਗੀਆਂ ਕੰਡਕਟਰ ਡਰਾਈਵਰ ਉਹ ਤਨਖਾਹ ਨੂੰ ਹੀ ਬਿਲਕਦੇ ਆ ਉਹ ਉਹ ਬੱਸਾਂ ਵੀ ਖੜੀਆਂ ਆਇਆ ਤਾਂ ਇਸ ਕਰਕੇ ਜਿਹੜਾ ਇੱਕ ਕਮਹਸਾਨ ਜਾ ਪਿਆ ਹੋਇਆ ਆਪਾਂ ਕਹਿ ਲਈਏ ਨਾ ਜੀ ਇਹਨੂੰ ਲੈ ਕੇ ਇੱਕ ਦਾ ਇਹ ਕਰਨੇ ਆ ਦੂਜੇ ਇੱਕ ਵੱਡਾ ਕਾਰਨ ਇਹ ਬਣਿਆ ਸਿਕਾ ਕਿ ਪੰਜਾਬ ਸਰਕਾਰ ਨੇ ਕਿਹਾ ਸੀ ਕਿ ਅਸੀਂ 1337 ਵੈਕੈਂਸੀਆਂ ਭਰ ਰਹੇ ਹਾਂ ਰੈਗੂਲਰ ਜੀ ਕਿ ਸਰਕਾਰ ਨੇ ਰੈਗੂਲਰ ਵੈਕੈਂਸੀਆਂ ਭਰਨ ਦੀ ਥਾਂ ਕੁਝ ਬੰਦੇ ਆਊਟਸੋਰਸਿੰਗ ਰਾਹੀਂ ਰੱਖ ਲੈ ਜੀ ਤੇ ਜਿਹੜੀਆਂ ਜੂਨੀਅਰ ਆਇਆ ਜੀ ਉਹ ਇਸ ਦੇ ਖਿਲਾਫ ਖੜੀਆਂ ਕਿ ਤੁਸੀਂ ਕਹਿੰਦੇ ਰੈਗੂਲਰ ਭਰਤੀ ਕਰਾਂਗੇ ਰੱਖ ਲੈ ਤੁਸੀਂ ਆਊਟਸੋਰਸਿੰਗ ਰਾਹੀਂ ਸੋ ਇਹ ਤਿੰਨ ਚਾਰ ਜਿਹੜੇ ਬਖੇੜੇ ਆ ਇਹ ਸਰਕਾਰਲੇ ਵੀ ਸਰਦਾਰੀ ਬਣ ਸਕਦੇ ਆ ਕਿਉਂਕਿ ਪਹਿਲਾਂ ਵੀ ਕਈ ਵਾਰੀ ਸਰਕਾਰ ਜਿਹੜੀਆਂ ਬੱਸਾਂ ਨੇ ਚੱਕਾ ਜਮ ਕੀਤਾ ਸੀਗਾ ਸਰਕਾਰਾਂ ਨੇ ਫੇ ਬਲਾ ਬਲਾ ਕੇ ਜਿਹੜੇ ਆ ਉਹ ਖਲਵਾਏ ਸੀਗੇ ਜਿਹੜੀਆਂ ਸਟ੍ਰਾਈਕਾਂ ਤੇ ਮੈਨੂੰ ਇਹ ਲੱਗਦਾ ਕਿ ਲੋਕਾਂ ਨੂੰ ਸਬਸਿਡੀਆਂ ਦੇਣ ਦੀ ਥਾਂ ਜੇ ਮੈਂ ਆਪਾਂ ਕਹਿ ਜਾਂਦੇ ਕਿ ਬਿਜਲੀ ਦੀ ਸਬਸਿਡੀ ਜਿਹੜੀ ਆ ਉਹ ਚਾਹੇ ਨਾ ਦਿਓ ਪਰ ਟਾਈਮ ਸਿਰ ਬਿਜਲੀ ਲਾਉਣੀ ਚਾਹੀਦੀ ਆ ਇਸੇ ਤਰ੍ਹਾਂ ਲੋਕਾਂ ਨੂੰ ਚਾਹੇ ਤੁਸੀਂ ਫ੍ਰੀ ਬੱਸ ਦੀ ਸਿਰਫ ਸਹੂਲਤ ਨਾ ਦਿਓ ਪਰ ਸਮੇਂ ਸਿਰ ਆ ਰਾਮ ਦਾਕ ਬੱਸਾਂ ਜਿਹੜੀਆਂ ਉਹ ਮਿਲਣੀਆਂ ਚਾਹੀਦੀਆਂ ਇੱਥੇ ਇੱਕ ਸਵਾਲ ਇਹ ਵੀ ਖੜਾ ਹੋ ਜਾਂਦਾ ਹੈ ਵੀ ਕਈ ਵਾਰ ਲੋਕ ਇਹ ਜਿਹੜਾ ਦਿੰਦੇ ਨੇ ਇਹ ਤਾਂ ਨਾ ਦਿੰਦੇ ਨੇ ਭਈ ਇਹਦੀ ਜਗ੍ਹਾ ਤੇ 50% ਜਿਹੜਾ ਕਰ ਦੇਣਾ ਚਾਹੀਦਾ ਹੈ ਕੀ ਫ੍ਰੀ ਬਿਲਕੁਲ ਦੇਣ ਦੀ ਬਜਾਏ 50% ਕਿਰਾਇਆ ਕਰ ਦੇਣ ਤਾਂ ਉਹਦੇ ਦੂਜੇ ਪਾਸੇ ਜਿਹੜੇ ਬਜ਼ੁਰਗ ਆ ਮੇਲ ਬਜ਼ੁਰਗ ਜਿਹੜੇ ਨੇ ਉਹਨਾਂ ਨੂੰ ਵੀ ਜਿਹੜਾ 50% ਜਾਂ ਫ੍ਰੀ ਕਰਾਇਆ ਜਿਹੜਾ ਕਰ ਦੇਣਾ ਚਾਹੀਦਾ ਤਾਂ ਕਿ ਉਸ ਦੇ ਨਾਲ ਕੁਝ ਭਾਰ ਜਿਹੜਾ ਘਟਾਇਆ ਜਾ ਸਕਦਾ ਹੈ ਇਸ ਦਾ ਗੱਲ ਥੋੜੇ ਮੈਂ ਧਿਆਨ ਚ ਲੈਂਦਾ ਹੈ ਕਿ ਸੀਨੀਅਰ ਸਿਟੀਜ਼ਨ ਲਈ ਆਲਰੇਡੀ ਕਰਾਇਆ 50% ਆ ਜੀ ਸੀਨੀਅਰ ਸਿਟੀਜ਼ਨ ਲਈ ਤੁਸੀਂ ਆਹ ਆਰ ਕਾਰਡ ਦਿਖਾਓ ਤੁਹਾਨੂੰ ਆਲਰੇਡੀ 50% ਡਿਸਕਾਊਂਟ ਆ ਤੇ ਜਿਹੜੇ ਜਿਹੜੇ ਅੰਗੀ ਨੇ ਆ ਉਹਨਾਂ ਲਈ ਬਿਟ ਡਿਸਕਾਊਂਟ ਆ ਸੋ ਡਿਸਕਾਊਂਟ ਪਹਿਲਾਂ ਹੀ ਆ ਪਰ ਮੈਨੂੰ ਇਹ ਲੱਗਦਾ ਕਿ ਜਿਹੜਾ ਜਿਹੜਾ ਕੋਈ ਵੀ ਸਬਸਿਡੀ ਆ ਡਿਸਕਾਊਂਟ ਆ ਜੋ ਰੈਤ ਆ ਉਹ ਲੋੜਵੰਦ ਲੋਕਾਂ ਨੂੰ ਮਿਲਣਾ ਚਾਹੀਦਾ ਨਾ ਕਿ ਹਰ ਬੰਦੇ ਨੂੰ ਹੁਣ ਜੇ ਮਤਲਬ ਆਪਾਂ ਇਹ ਕਹਿ ਲਈਏ ਕਿ ਇੱਕ ਟੀਚਰ ਜਿਹੜੀ ਆ ਉਹ 7 ਸਵਾ ਲੱਖ 1.5 ਲੱਖ ਤਨਖਾਹ ਲੈਂਦੀ ਆ ਮਹੀਨੇ ਦੀ ਤੇ ਪੜਾਉਣ ਜਾਂਦੀ ਆ ਉਹਨੂੰ ਸਫਰੀ ਸਫਰ ਦੀ ਕੀ ਸਹੂਲਤ ਦੇਣੀ ਲੋੜ ਪਈ ਆ ਜਾਂ ਆਪਾਂ ਇਹ ਕਹਿ ਲਈਏ ਕਿ ਜਿਹੜਾ ਬੰਦਾ 500 ਏਕੜ ਦਾ ਮਾਲਕ ਆ ਉਹਨੂੰ ਫ੍ਰੀ ਬਿਜਲੀ ਦੀ ਕੀ ਸਹੂਲਤ ਦੇਣੀ ਲੋੜ ਪਈ ਆ ਸੋ ਜਿਹੜਾ ਤਾਂ ਜਿਹੜੀ ਗੱਡੀ ਆ ਕੇ ਸਰਕਾਰ ਦੀ ਲਈ ਤੇ ਜਾ ਸਕਦੀ ਆ ਜੀ 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 ਸੋ ਦਰਸ਼ਕੋ ਹਰ ਜਿਹੜੇ ਪਹਿਲੂ ਨੂੰ ਛੂਣ ਦੀ ਕੋਸ਼ਿਸ਼ ਜ਼ਰੂਰ ਕੀਤੀ ਜਾਂਦੀ ਹੈ ਉਸ ਬਾਬਤ ਚੜੀ ਰਿਪੋਰਟਸ ਨਵੀਆਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਉਸ ਰਿਪੋਰਟ ਦੇ ਆਧਾਰ ਦੇ ਉੱਤੇ ਜਿਹੜੀ ਵਿਚਾਰ ਚਰਚਾ ਕੀਤੀ ਜਾਂਦੀ ਹੈ ਸੋ ਅਹਿਮ ਜਿਹੜਾ ਮੁੱਦਾ ਸੀ ਅੱਜ ਦਾ ਉਹ ਇਹ ਸੀ ਕਿ ਕ੍ਰਾਈਮ ਰੇਟ ਨੂੰ ਦੇਖਦਿਆਂ ਹੋਇਆਂ ਬਹੁਤ ਸਾਰੇ ਲੋਕ ਜਿਹੜੇ ਹੁਣ ਬਾਹਰ ਦਾ ਰੁਕ ਕਰ ਰਹੇ ਨੇ ਤੇ ਬਾਹਰ ਜਾ ਜਦੋਂ ਜ਼ਿਕਰ ਹੁੰਦਾ ਹੈ ਖਾਸ ਤੌਰ ਤੇ ਪੰਜਾਬ ਦੇ ਵਿੱਚ ਤਾਂ ਨਾਲ ਹੀ ਕੈਨੇਡਾ ਦਾ ਜ਼ਿਕਰ ਹੁੰਦਾ ਹੈ ਕੈਨੇਡਾ ਦੇ ਵਿੱਚ ਇੱਕ ਰਿਪੋਰਟ ਦੇ ਮੁਤਾਬਕ ਜੜਾਇਆ ਉਹ 5 ਗੁਣਾ ਕ੍ਰਾਈਮ ਵਾਧ ਹੈ ਪੰਜਾਬ ਦੇ ਨਾਲ ਉਹ ਜਿਹੜੀ ਕੀ ਇੱਕ ਜਾਣਕਾਰੀ ਨਿਕਲ ਕੇ ਸਾਹਮਣੇ ਆਈ ਹੈ ਸੋ ਇਸੇ ਸਬ ਦੇ ਵਿਚਾਲੇ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦਾ ਪਵਿੱਖ ਕਿਵੇਂ ਹੋਵੇਗਾ ਤਾਂ ਕਿ ਇਹ ਜਿਹੜਾ ਘੱਟੋ ਘੱਟ ਜਿਹੜਾ ਬੇਰੁਜ਼ਗਾਰੀ ਨੂੰ ਲੈ ਕੇ ਮੁੱਦਾ ਹੈ ਤੇ ਪੰਜਾਬ ਸਰਕਾਰ ਦੇ ਵਾਅਦੇ ਤੇ ਦਾਅਵੇ ਕਿ ਇਹ ਜੁੜੇ ਨੇ ਲਗਾਤਾਰ ਜਾਰੀ ਨੇ ਪਏ ਸੀ ਬੇਰੁਜ਼ਗਾਰੀ ਦੂਰ ਕਰਾਂਗੇ ਕਦੋਂ ਹੋਵੇਗਾ ਇਹ ਤਾਂ ਸ਼ਾਇਦ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਗੱਲ ਕੀਤੀ ਜਾਵੇ ਸਰਕਾਰ ਅਤੇ ਪ੍ਰਸ਼ਾਸਨ ਦੇ ਵੱਲੋਂ ਸੂਬੇ ਦੇ ਨਾਲ ਹਾਲਾਤਾਂ ਨੂੰ ਹੋਰ ਜ਼ਿਆਦਾ ਕਰਨੇ ਇੱਕ ਕਦਮ ਚੁੱਕਣ ਦੀ ਲੋੜ ਹੈ ਸੁਧਾਰਨ ਦੇ ਲਈ ਫਿਲਹਾਲ ਦੇ ਲਈ ਸਾਨੂੰ ਦੀ ਇਜਾਜ਼ਤ ਸਤਿਕਾਰ ਬਹੁਤ ਬਹੁਤ ਸ਼ੁਕਰੀਆ